ਜਸ ਟੀਵੀ ਦੇਖ ਰਹੇ ਤੁਸੀਂ, ਮੈਂ ਕੇ ਪੀ ਸਿੰਘ ਤੁਹਾਡਾ ਸਵਾਗਤ ਕਰਦਾ। ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਜਿੱਤ ਤੋਂ ਬਾਅਦ ਵੱਡੇ ਵੱਡੇ ਅੰਦਾਜ਼ੇ ਲੱਗਣੇ ਸ਼ੁਰੂ ਹੋ ਗਏ, ਸ਼ਰਤਾਂ ਤੱਕ ਵੀ ਲੱਗਣੀਆਂ ਸ਼ੁਰੂ ਹੋ ਗਈਆਂ। ਸੱਥਾਂ ਦੇ ਵਿੱਚ ਜਾਈਏ ਤੁਸੀਂ, ਸ਼ਰਤਾਂ ਲੱਗ ਰਹੀਆਂ ਕਿ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਝਾੜੂ ਪਤਾ ਨਹੀਂ ਕੀ ਕੁਛ ਕਰ ਜਾਵੇਗਾ। ਜਦੋਂ ਇਹੋ ਜਿਹੀਆਂ ਸ਼ਰਤਾਂ ਲੱਗਦੀਆਂ ਹੋਣ ਤਾਂ ਉਹਨਾਂ ਵਿਚਾਲੇ ਸੋਸ਼ਲ ਮੀਡੀਆ 'ਤੇ ਇੱਕ ਨਵੀਂ ਬਹਿਸ ਛੇੜ ਦਿੱਤੀ ਗਈ ਹੈ। ਉਹ ਬਹਿਸ ਇਹ ਛੇੜੀ ਗਈ ਹੈ ਕਿ ਨਰਿੰਦਰ ਮੋਦੀ ਦੀ ਜਗ੍ਹਾ ਜੇ ਕੋਈ ਵੱਡਾ ਚਿਹਰਾ ਹੈਗਾ ਤਾਂ ਅਰਵਿੰਦ ਕੇਜਰੀਵਾਲ ਹੈਗੇ ਨੇ। ਮੈਂ ਇਸ ਨਾਲ ਇਤਫਾਕ ਰੱਖਦਾ ਨਹੀਂ ਰੱਖਦਾ, ਸਵਾਲ ਇਹ ਨਹੀਂ ਹੈਗਾ, ਸਵਾਲ ਇਹ ਹੈਗਾ ਬਹਿਸ ਕੌਣ ਛੇੜ ਰਿਹਾ ਅਤੇ ਇਸ ਬਹਿਸ ਦਾ ਮਤਲਬ ਹੈ ਕੀ ਹੈ। 56 ਇੰਚ ਦੀ ਛਾਤੀ ਤੋਂ ਲੈ ਕੇ AK-47 ਤੱਕ ਦੀਆਂ ਗੱਲਾਂ ਕਰਨ ਦੇ ਨਾਲ ਨਾਲ AK-70 ਵੀ ਕਿਹਾ ਜਾ ਰਿਹਾ ਹੈਗਾ। ਬਹੁਤ ਸਾਰੇ ਇਹੋ ਜਿਹੇ ਸਵਾਲ ਖੜ੍ਹੇ ਕੀਤੇ ਜਾ ਰਹੇ ਆ, ਕਹਿੰਦੇ ਪੰਜਾਬ ਵਿੱਚ ਹੁਣ ਆਮ ਆਦਮੀ ਪਾਰਟੀ ਸਰਕਾਰ ਬਣਾਏਗੀ, ਮੁੱਖ ਮੰਤਰੀ ਦਾ ਚਿਹਰਾ ਪਤਾ ਨਹੀਂ ਗਾ। ਪਰ ਸਵਾਲ ਇਹ ਹੈਗਾ ਕਿ ਦਿੱਲੀ 'ਚੋਂ ਕੇਜਰੀਵਾਲ ਦੀ ਜਿੱਤ ਤੋਂ ਬਾਅਦ ਇਹ ਸਵਾਲ ਕਿਉਂ ਖੜ੍ਹੇ ਕੀਤੇ ਜਾ ਰਹੇ ਆ ਕਿ ਪ੍ਰਸ਼ਾਂਤ ਕਿਸ਼ੋਰ ਦੀ ਇਸ ਸਟ੍ਰੈਟਜੀ ਦਾ ਹਿੱਸਾ ਤਾਂ ਨਹੀਂ, ਕਿ ਵਿਰੋਧੀ ਪਾਰਟੀਆਂ ਦੀ ਇਸ ਸਟ੍ਰੈਟਜੀ ਤਾਂ ਨਹੀਂ, ਕਿਤੇ ਕੇਜਰੀਵਾਲ ਜਿਹੜਾ ਅੰਬੀਸ਼ੀਅਸ ਪਹਿਲਾਂ ਸੀਗਾ, ਕੇਜਰੀਵਾਲ ਦੀਆਂ ਜਿਹੜੀ ਪਹਿਲਾਂ ਜਗਿਆਸਾ ਸੀ ਉਸ ਨੂੰ ਦੁਬਾਰਾ ਜਗਾ ਕੇ ਕੇਜਰੀਵਾਲ ਨੂੰ ਖਤਮ ਕਰਨ ਦੀ ਕੋਸ਼ਿਸ਼ ਤਾਂ ਨਹੀਂ ਹੈਗੀ। ਬਹੁਤ ਸਾਰੇ ਇਹੋ ਜਿਹੇ ਸਵਾਲ ਹੈਗੇ ਆ ਕਿ ਦਿੱਲੀ ਦਾ ਮਾਡਲ ਆ ਜਿਹੜਾ ਬਾਕੀ ਥਾਵਾਂ 'ਤੇ ਚੱਲ ਸਕਦਾ ਕਿ ਨਹੀਂ ਚੱਲ ਸਕਦਾ। ਇਹੋ ਜਿਹੇ ਸਵਾਲਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਲੀਡਰ ਇਹ ਕਹਿ ਰਹੇ ਆ ਕਿ ਦਿੱਲੀ ਵਿੱਚ ਕੇਜਰੀਵਾਲ ਮਾਡਲ ਦੀ ਜਿੱਤ ਹੋਈ ਹੈ। ਜੇ ਕੇਜਰੀਵਾਲ ਮਾਡਲ ਦੀ ਜਿੱਤ ਹੋਈ ਹੈ ਤਾਂ ਇਸ ਤੋਂ ਪਹਿਲਾਂ ਵੀ ਮਾਡਲ ਦੇਖ ਚੁੱਕਿਆ, ਚਾਹੇ ਗੁਜਰਾਤ ਮਾਡਲ ਦੀ ਗੱਲ ਹੋਵੇ, ਚਾਹੇ ਮੋਦੀ ਮਾਡਲ ਦੀ ਗੱਲ ਹੋਵੇ। ਪਰ ਸਵਾਲ ਇਹ ਹੈ ਕਿ ਮਾਡਲ ਅਤੇ ਚਿਹਰਿਆਂ ਦੇ ਵਿਚਾਲੇ ਮੁੱਦੇ 'ਤੇ ਮੌਕੇ ਹੈ ਕੀ ਹੈ, ਸਵਾਲ ਇੱਕੋ ਪੁੱਛਿਆ ਜਾਵੇਗਾ, ਦੇਸ਼ ਵਿੱਚ ਕਿੱਥੋਂ ਤੱਕ ਕੇਜਰੀਵਾਲ। ਆਏ ਬਹਿਸ ਕਿਉਂ ਕਰ ਰਿਹਾ ਟੂ ਦਾ ਪੁਆਇੰਟ, ਤੁਹਾਨੂੰ ਪੁਆਇੰਟ ਟੂ ਪੁਆਇੰਟ ਫਟਾਫਟ ਦੱਸ ਦਈਏ। ਦਿੱਲੀ ਵਿੱਚ ਆਪ ਦੀ ਬੰਪਰ ਜਿੱਤ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਪੱਬਾ ਭਾਰ ਹੋ ਗਏ ਨੇ। ਆਪ ਆਗੂਆਂ ਨੇ ਦਿੱਲੀ ਜਿੱਤ ਨੂੰ ਕੇਜਰੀਵਾਲ ਮਾਡਲ ਦੀ ਜਿੱਤ ਦੱਸਿਆ। ਦਿੱਲੀ ਫਿਰ ਹਮਾਰੀ, ਅਬ ਦੇਸ਼ ਕੀ ਵਾਰੀ ਵਰਗੇ ਨਾਰਿਆਂ ਦੀ ਗੂੰਜ ਹੈ ਜਿਹੜੀ ਸੁਣਾਈ ਦੇਣ ਲੱਗ ਪਈ ਹੈ ਅਤੇ ਸੋਸ਼ਲ ਮੀਡੀਆ 'ਤੇ ਚਰਚ ਤੇਜ਼ ਹੋ ਗਈ ਹੈ। ਸੋਸ਼ਲ ਮੀਡੀਆ 'ਤੇ ਕੇਜਰੀਵਾਲ ਨੂੰ ਮੁੜ PM ਦਾ ਚਿਹਰਾ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਗਿਆ, ਪਤਾ ਨਹੀਂ ਕੌਣ ਪ੍ਰਚਾਰ ਰਿਹਾ, ਸਾਨੂੰ ਨਹੀਂ ਪਤਾ ਗਾ। ਵਧੇਰੇ ਸਿਆਸੀ ਜਾਣਕਾਰਾਂ ਮੁਤਾਬਕ ਬਾਕੀ ਦੇਸ਼ ਦੀ ਤੁਲਨਾ ਦਿੱਲੀ ਨਾਲ ਕਰਨਾ ਜਾਇਜ਼ ਨਹੀਂ, ਕਿਉਂਕਿ ਦਿੱਲੀ ਦਾ ਇਕਨੋਮਿਕ ਮਾਡਲ ਹੋਰ ਹੈ, ਦਿੱਲੀ ਦਾ ਪੋਲੀਟੀਕਲ ਮਾਡਲ ਹੋਰ ਹੈ ਅਤੇ ਦਿੱਲੀ ਦਾ ਭੂਗੋਲਿਕ ਮਾਡਲ ਹੋਰ ਤਰੀਕੇ ਨਾਲ ਕੰਮ ਕਰਦਾ ਹੈਗਾ, ਅਤੇ ਇਸ ਕਰਕੇ ਦੇਸ਼ ਦੀ ਤੁਲਨਾ ਦਿੱਲੀ ਨਾਲ ਕਰਨਾ ਜਾਇਜ਼ ਨਹੀਂ ਹੈਗੀ। ਇਹ ਵਧੇਰੇ ਸਿਆਸੀ ਪੰਡਿਤ ਸਿਆਸੀ ਜਾਣਕਾਰ ਕਹਿ ਰਹੇ ਆ। ਮੋਦੀ ਨਾਲ ਤੁਲਨਾ ਕੀਤੀ ਜਾ ਰਹੀ ਹੈ, ਮੋਦੀ ਨਾਲ ਤੁਲਨਾ ਕਰਨ ਦੇ ਨਾਲ ਕੇਜਰੀਵਾਲ ਦੇ ਦੇਸ਼ ਭਗਤੀ ਵਾਲੇ ਕਾਰਡ 'ਤੇ ਵੀ ਬਹਿਸ ਛਿੜ ਗਈ ਹੈ, ਜਿਹਦੇ ਵਿੱਚ ਰਾਸ਼ਟਰ ਨਿਰਮਾਣ ਵਾਲੀ ਮਿਸਡ ਕਾਲ ਦੀ ਵੀ ਗੱਲ ਹੈਗੀ ਹੈ ਅਤੇ ਮੈਨੀਫੈਸਟੋ ਵਿੱਚ ਦੇਸ਼ ਭਗਤੀ ਦੇ ਪਾਠ ਦੀ ਵੀ ਗੱਲ ਹੈਗੀ ਹੈ। ਬਿਹਾਰ, ਉੱਤਰ ਪ੍ਰਦੇਸ਼ ਅਤੇ ਪੰਜਾਬ, ਹਰਿਆਣਾ 'ਚ ਆਮ ਆਦਮੀ ਪਾਰਟੀ ਲਈ ਸੰਭਾਵਨਾਵਾਂ ਦੇ ਵੱਡੇ ਅੰਦਾਜ਼ੇ ਲੱਗਣੇ ਸ਼ੁਰੂ ਹੋ ਗਏ ਹੈ ਅਤੇ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਪੰਜਾਬ ਵਿੱਚ ਮੁੱਖ ਵਿਰੋਧੀ ਧਿਰ ਹੋਣ ਦੇ ਨਾਤੇ PK ਯਾਨੀ ਕਿ ਪ੍ਰਸ਼ਾਂਤ ਕਿਸ਼ੋਰ ਸਹਾਰੇ ਆਮ ਆਦਮੀ ਪਾਰਟੀ ਦਾ ਬੇੜਾ ਪਾਰ ਹੋ ਸਕਦਾ ਹੈ। ਇਹ ਵੀ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਨੇ। ਸਵਾਲ ਵੱਡਾ ਕਿਉਂ ਪੁੱਛਿਆ ਜਾਵੇਗਾ, ਸਵਾਲ ਇਹ ਪੁੱਛਿਆ ਜਾਵੇਗਾ, ਇਸ ਸਵਾਲ ਦੇ ਵਿੱਚ ਕੇਜਰੀਵਾਲ ਮਾਡਲ ਦਾ ਜ਼ਿਕਰ ਹੈ, ਮੈਂ ਨਹੀਂ ਕਹਿ ਰਿਹਾ, ਆਮ ਆਦਮੀ ਪਾਰਟੀ ਦੇ ਲੀਡਰ ਕਹਿ ਰਹੇ ਹੈ। ਦਿੱਲੀ ਦਾ ਕੇਜਰੀਵਾਲ ਮਾਡਲ ਦੇਸ਼ ਦੀ ਸਿਆਸਤ ਲਈ ਕਿੰਨਾ ਫਿੱਟ ਆ, ਅਸੀਂ ਇਹ ਸਵਾਲ ਪੁੱਛਾਂਗੇ ਜ਼ਰੂਰ ਕਿ ਕੇਜਰੀਵਾਲ ਮਾਡਲ ਉਹ ਕਿਸ ਤਰੀਕੇ ਨਾਲ ਪ੍ਰਭਾਸ਼ਿਤ ਕਰ ਰਿਹਾ ਅਤੇ ਕੇਜਰੀਵਾਲ ਮਾਡਲ ਦੇਸ਼ ਦੀ ਸਿਆਸਤ ਲਈ ਕਿੰਨਾ ਫਿੱਟ ਹੈਗਾ, ਇਸੇ 'ਤੇ ਬਹਿਸ ਕਰਾਂਗੇ। ਪਹਿਲਾਂ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰੁਫ ਕਰਾ ਰਿਹਾ, ਕੁਲਤਾਰ ਸਿੰਘ ਸੰਧਵਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਅਤੇ ਦਿੱਲੀ ਦੀਆਂ ਸਿਆਸੀ ਗਤੀਵਿਧੀਆਂ ਦੇ ਵਿੱਚ ਇਹ ਅਰਵਿੰਦ ਕੇਜਰੀਵਾਲ ਹਰਾਂ ਦੇ ਨਾਲ ਖੜ੍ਹੇ ਦਿਖਾਈ ਦਿੰਦੇ ਆ ਅਤੇ ਜਦੋਂ ਜਿੱਤ ਹਾਸਲ ਹੁੰਦੀ ਹੈ ਉਸ ਤੋਂ ਬਾਅਦ ਪਹਿਲਾ ਭਾਸ਼ਣ ਹੁੰਦਾ ਅਤੇ ਅਖਬਾਰਾਂ ਵਿੱਚ ਫੋਟੋਆਂ ਇਹਨਾਂ ਦੀਆਂ ਆਉਂਦੀਆਂ, ਸਰਦਾਰ ਜਿਹੜਾ ਅਤੇ ਦਸਤਾਰ ਦਾ ਚਿਹਰਾ ਇੱਕ ਕੁਲਤਾਰ ਸਿੰਘ ਸੰਧਵਾਂ ਵਜੋਂ ਉੱਥੇ ਦਿਖਾਇਆ ਜਾਂਦਾ ਅਤੇ ਉਸ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਦਿੱਲੀ ਦੇ ਵਿੱਚ ਉਹਨਾਂ ਤਜਰਬਾ ਕਿਹੋ ਜਿਹਾ ਰਿਹਾ ਅਤੇ ਪੰਜਾਬ ਅਤੇ ਬਾਕੀ ਹਿੱਸਿਆਂ ਬਾਰੇ ਉਹ ਕੀ ਸੋਚਦੇ ਆ। ਕੁਲਤਾਰ ਸਿੰਘ ਸੰਧਵਾਂ ਤੁਹਾਡਾ ਬਹੁਤ ਸਵਾਗਤ ਹੈ। ਧੰਨਵਾਦ। ਅਰਜੀਤ ਸਿੰਘ ਕਲੇਰ, ਸ਼੍ਰੋਮਣੀ ਅਕਾਲੀ ਦਲ ਬੁਲਾ ਰਹੇ ਆ, ਕਲੇਰ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਅਕਾਲੀ ਦਲ ਉੱਥੇ ਐਕਟਿਵ ਪੋਲਿਟਿਕਸ 'ਚੋਂ ਕਿੰਨਾ ਬਾਹਰ ਰਿਹਾ ਅਤੇ ਕਿੰਨਾ ਇਨ ਰਿਹਾ, ਟਿਕਟਾਂ ਨਹੀਂ ਮਿਲੀਆਂ ਸੀ, ਸੀਟਾਂ ਨਹੀਂ ਮਿਲੀਆਂ ਸੀ, ਚੋਣ ਨਹੀਂ ਲੜੇਗੀ, ਪ੍ਰਚਾਰ ਕਿੰਨਾ ਕੀਤਾ, ਉਸ ਪ੍ਰਚਾਰ ਤੋਂ ਬਾਅਦ ਕੇਜਰੀਵਾਲ ਦਾ ਪ੍ਰਭਾਵ ਕਿੰਨਾ ਦੇਖਿਆ ਇਹਨਾਂ ਨੂੰ, ਇਹ ਕਲੇਰ ਸਾਹਿਬ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅਕਾਲੀ ਦਲ ਦਾ ਵੋਟ ਬੈਂਕ ਉਹ ਕਿੱਥੇ ਖੜ੍ਹਾ, ਇਹ ਸਵਾਲ ਵੀ ਆਪਣੇ ਆਪ ਵਿੱਚ ਵੱਡਾ ਹੈਗਾ। ਕਲੇਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਅਰਜੀਵ ਗੁਦਾਰਾ ਸਵਰਾਜ ਇੰਡੀਆ ਦੇ ਬੁਲਾਰੇ ਨੇ ਅਤੇ ਹਰਿਆਣਾ ਸਵਰਾਜ ਅਤੇ ਸਵਰਾਜ ਇੰਡੀਆ ਦੇ ਇੰਚਾਰਜ ਨੇ, ਇਹਨਾਂ ਨੂੰ ਇਸ ਕਰਕੇ ਇੱਥੇ ਸੱਦਿਆ ਕਿਉਂਕਿ ਆਮ ਆਦਮੀ ਪਾਰਟੀ ਦੇ ਪੁਰਾਣੇ ਹਿੱਸੇਦਾਰ ਹੈ, ਅਰਵਿੰਦ ਕੇਜਰੀਵਾਲ ਹਾਂ ਦੀ ਟੀਮ ਦੇ ਨਾਲ ਰਹੇ ਆ ਅਤੇ ਦਿੱਲੀ ਦੀਆਂ ਚੋਣਾਂ ਦੇ ਵਿੱਚ ਇਹਨਾਂ ਦੇ ਕੁਝ ਉਮੀਦਵਾਰ ਖੜ੍ਹੇ ਸੀਗੇ, ਵੋਟ ਸ਼ੇਅਰ ਦਾ ਪਤਾ ਨਹੀਂ ਇਹਨਾਂ ਨੂੰ ਵੀ ਨਹੀਂ ਹੋਣਾ ਚਾਹੀਦਾ ਹੈਗਾ ਕਿਉਂਕਿ ਇਹ ਪਤਾ ਲੱਗਣਾ ਹੋਣਾ ਚਾਹੀਦਾ, ਪਰ ਜੋਗਿੰਦਰ ਯਾਦਵ ਦੀ ਰਾਜਨੀਤੀ ਜਿੰਦਾ ਰਹਿਣੀ ਚਾਹੀਦੀ ਹੈ, ਇਹ ਵੀ ਸਵਾਲ ਆਪਣੇ ਆਪ ਵਿੱਚ ਵੱਡਾ ਹੋਣਾ ਚਾਹੀਦਾ ਕਿਉਂਕਿ ਜੋਗਿੰਦਰ ਯਾਦਵ ਵਰਗੇ ਲੀਡਰ ਜਦੋਂ ਇਹ ਗੱਲ ਕਰਦੇ ਆ ਕਿ ਆਮ ਆਦਮੀ ਪਾਰਟੀ ਨੂੰ ਉਸ ਤਰੀਕੇ ਨਾਲ ਤੁਸੀਂ ਨਹੀਂ ਪ੍ਰਚਾਰ ਸਕਦੇ ਕਿ ਦਿੱਲੀ ਤੋਂ ਬਾਹਰ ਉਹਨਾਂ ਦਾ ਬਹੁਤ ਵੱਡਾ ਵਜੂਦ ਹੈਗਾ, ਪਰ ਗੁਦਾਰਾ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਆਮ ਆਦਮੀ ਪਾਰਟੀ ਦਾ ਜਿਹੜਾ ਕੇਜਰੀਵਾਲ ਮਾਡਲ ਹੈ ਉਹ ਦੇਸ਼ ਦੀ ਸਿਆਸਤ ਲਈ ਕਿੰਨਾ ਫਿੱਟ ਹੈ। ਗੁਦਾਰਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਪ੍ਰੋਫੈਸਰ ਮਨਜੀਤ ਸਿੰਘ ਇਹ ਪੋਲੀਟੀਕਲ ਐਨਲਿਸਟ ਦੇ ਤੌਰ 'ਤੇ ਵਿਚਰਦੇ ਨੇ, ਪ੍ਰੋਫੈਸਰ ਮਨਜੀਤ ਸਿੰਘ ਵੀ ਆਮ ਆਦਮੀ ਪਾਰਟੀ ਦਾ ਪਹਿਲਾਂ ਹਿੱਸਾ ਰਹੇ ਆ,
इस मुबारक के नाल पहला सवाल मैं फटाफट कर देव, केजरीवाल साहब नूं दिल्ली तो बाहर कितने लैके जाना? होर देखो जी, केजरीवाल साहब तो हम दिल्ली के मुख्यमंत्री और दिल्ली ही रहेंगे। ਤੁਸੀਂ ਡਿਮਾਂਡ ਕੀਤੀ ਸੀ ਨਾ ਉੱਥੇ, ਮੈਨੂੰ ਇੰਟਰਨਲ ਖਬਰ ਮਿਲੀ ਹੈ, ਤੁਸੀਂ ਬਾਕੀ ਦੱਸ ਦਿਓ, ਕਲੀਅਰ ਕਰ ਦਿਓ। ਤੁਸੀਂ ਕਿਹਾ ਸੀ ਥੋੜ੍ਹੀ ਦੇਰ ਇੱਥੇ ਪੰਜਾਬ ਆ ਕੇ ਰਹਿ ਲਓ, ਥੋੜ੍ਹੀ ਦੇਰ ਯੂਪੀ ਰਹੋ, ਥੋੜ੍ਹੀ ਦੇਰ ਬਿਹਾਰ ਰਹੋ। ਨਹੀਂ, ਐਸਾ ਕੁਛ ਨਹੀਂ ਹੈ, ਉਹਨਾਂ ਦੀ ਕਮਿਟਮੈਂਟ ਦਿੱਲੀ ਦੇ ਨਾਲ ਆ। ਲੇਕਿਨ ਕੇਜਰੀਵਾਲ ਮਾਡਲ ਜਿਹੜਾ ਸਕਸੈਸ ਹੋਇਆ, ਜਿਹਦੇ ਵਿੱਚ ਮੰਦਰ ਮਸਜਿਦ ਬੁੱਤ ਬਣਾਉਣ ਦੀ ਜਿਹੜੀ ਰਾਜਨੀਤੀ ਹੈ, ਲੋਕਾਂ ਨੂੰ ਲੜਾਉਣ ਦੀ ਰਾਜਨੀਤੀ ਹੈ, ਗੋਲੀ ਮਾਰਨ ਦੀ ਰਾਜਨੀਤੀ, ਵਿਰੋਧੀਆਂ ਨੂੰ ਗੋਲੀ ਮਾਰਨ ਦੀ ਰਾਜਨੀਤੀ ਹੈ, ਵਿਰੋਧੀਆਂ ਦੇ ਵਿਚਾਰ ਨੂੰ ਮਤਲਬ ਵਿਚਾਰ ਕਰਨ ਦੀ ਜਗ੍ਹਾ ਉਹਨਾਂ ਨੂੰ ਪਰਸੀਕਿਊਟ ਕਰਨ ਦੀ ਜਿਹੜੀ ਰਾਜਨੀਤੀ ਹੈ, ਉਹ ਫੇਲ ਹੋਈ ਹੈ। ਔਰ ਜਿਹੜੇ ਸਾਨੂੰ ਕੀ ਚਾਹੀਦਾ, ਸਾਡੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਤਾਂ ਕਿ ਨੌਕਰੀਆਂ ਕਰ ਸਕਣ, ਨੌਕਰੀਆਂ ਦਾ ਮੌਕਾ, ਸਾਨੂੰ ਇਲਾਜ, ਵਧੀਆ ਇਲਾਜ, ਗੁੱਡ ਗਵਰਨੈਂਸ, ਉਹ ਇਹ ਚੀਜ਼ਾਂ ਸਾਰੀਆਂ ਉੱਥੇ ਅਰਵਿੰਦ ਕੇਜਰੀਵਾਲ ਨੇ ਦਿੱਤੀਆਂ। ਅਤੇ ਉਹ ਕੇਜਰੀਵਾਲ ਮਾਡਲ ਨੂੰ ਸਾਡੇ ਦੇਸ਼ ਦੇ ਵਿੱਚ ਰੈਪਲੀਕੇਟ ਕਰਨ ਦੀ ਜ਼ਰੂਰਤ ਹੈ। ਸਾਡਾ ਦੇਸ਼ ਜਿਹੜਾ ਦੁਨੀਆ ਦੀ ਸਭ ਤੋਂ ਵਧੀਆ ਧਰਤੀ ਹੈ, ਇੱਥੇ ਹਰ ਤਰ੍ਹਾਂ ਦੀ ਤੁਹਾਨੂੰ ਨੈਚੁਰਲ ਰਿਸੋਰਸਿਸ ਮਿਲਣਗੇ, ਹਰ ਤਰ੍ਹਾਂ ਦਾ ਮੌਸਮ ਬੜਾ ਵਧੀਆ। ਔਰ ਕੋਈ ਸਮਾਂ ਸੀ ਵੀ ਅੰਗਰੇਜ਼ ਆ ਕੇ ਇੱਥੇ ਨੌਕਰੀ ਕਰਦੇ ਹੁੰਦੇ ਸੀ, ਉਦੋਂ ਸਿਰਫ ਇਸ ਕਰਕੇ ਇੱਥੇ ਨੌਕਰੀ ਕਰਨ ਆਉਂਦੇ ਸੀ ਕਿ ਇੱਥੋਂ ਦੀ ਸਰਕਾਰ ਨਿਜ਼ਾਮ ਪੀਪਲ ਸੈਂਟ੍ਰਿਕ ਸੀ। ਕੇਜਰੀਵਾਲ ਵਰਸਿਸ ਮੋਦੀ ਕਹਿਣਾ ਚਾਹੀਦਾ? ਮੇਰਾ ਖਿਆਲ ਹੈ ਵੀ ਲੋਕ ਹਿੰਦੁਸਤਾਨ ਦੇ ਲੋਕ ਵਰਸਿਸ ਮੋਦੀ ਹੋਵੇ, ਕੇਜਰੀਵਾਲ ਮਾਡਲ ਵਰਸਿਸ ਮੋਦੀ ਬਿਲਕੁਲ ਕਿਹਾ ਜਾ ਸਕਦਾ, ਬਿਲਕੁਲ ਕਿਹਾ ਜਾ ਸਕਦਾ। ਤੁਸੀਂ ਇਸ ਨਾਲ ਖੜ੍ਹੇ ਹੋ, ਕੇਜਰੀਵਾਲ ਮਾਡਲ ਵਰਸਿਸ ਮੋਦੀ ਮਾਡਲ, ਬਿਲਕੁਲ ਕਲੀਅਰ ਸਾਹਿਬ। ਤੁਸੀਂ ਆਮ ਆਦਮੀ ਪਾਰਟੀ ਦੀ ਸਿਆਸਤ ਨੂੰ ਕਿੰਨੇ ਤਰੀਕੇ ਨਾਲ ਸਮਝਦੇ ਹੋ? ਕਿਉਂਕਿ ਆਮ ਆਦਮੀ ਪਾਰਟੀ ਨੂੰ ਤੁਸੀਂ ਜਿੰਨਾ ਭੰਡਿਆ, ਜਿਸ ਤਰੀਕੇ ਨਾਲ ਭੰਡਿਆ, ਉਸ ਦੇ ਬਾਵਜੂਦ ਇਹ ਪੰਜਾਬ ਦੇ ਵਿੱਚ ਮੁੱਖ ਵਿਰੋਧੀ ਧਿਰ ਵਜੋਂ ਉੱਭਰੇ, ਉਸ ਤੋਂ ਬਾਅਦ ਦਿੱਲੀ ਵਿੱਚ ਇਹ ਜੇਤੂ ਹੈਟ੍ਰਿਕ ਮਾਰ ਚੁੱਕੇ ਆ, ਉੱਥੇ ਤੁਸੀਂ ਚੋਣਾਂ ਨਹੀਂ ਲੜੀਆਂ, ਪਰ ਭਾਰਤੀ ਜਨਤਾ ਪਾਰਟੀ ਤੁਹਾਡੀ ਭਾਈਵਾਲ ਆ, ਇਸ ਕਰਕੇ ਤੁਹਾਡੇ ਤੋਂ ਸਵਾਲ ਇਹ ਬਣਦਾ ਹੈਗਾ ਕਿ ਕੇਜਰੀਵਾਲ ਮਾਡਲ ਅਕਾਲੀ ਦਲ ਨੂੰ ਪਸੰਦ ਹੈ ਜਾਂ ਨਹੀਂ? KP ਜੀ, ਪਹਿਲਾਂ ਤਾਂ ਸੰਧਵਾ ਸਾਹਿਬ ਉਰੇ ਬੈਠੇ ਨੇ, ਆਮ ਆਦਮੀ ਪਾਰਟੀ ਦੀ ਜਿੱਤ 'ਤੇ ਇਹਨਾਂ ਨੂੰ ਬਹੁਤ ਬਹੁਤ ਵਧਾਈ ਮੇਰੇ ਵੱਲੋਂ। ਦੂਜੀ ਗੱਲ ਇਹ ਹੈਗੀ ਹੈ ਕਿ ਕੇਜਰੀਵਾਲ ਦਾ ਐਸਾ ਕੋਈ ਮਾਡਲ ਨਹੀਂ ਹੈਗਾ ਜਿਹਨੂੰ ਤੁਸੀਂ ਕਹੋ ਕਿ ਜੀ ਉਹਨੇ ਦੁਨੀਆ ਤੋਂ ਕੁਛ ਵੱਖਰਾ ਕੇਜਰੀਵਾਲ ਸਾਹਿਬ ਨੇ ਕਰਕੇ ਦਿੱਲੀ ਦੇ ਵਿੱਚ ਦਿਖਾਇਆ। ਸੋ ਕਿਤੇ ਨਾ ਕਿਤੇ ਜਿਹੜੀ ਇਹ ਹੁਣ ਵੀ ਇਲੈਕਸ਼ਨ ਹੋਈ ਹੈ ਦਿੱਲੀ ਦੀ, ਇਹ ਕੋਈ ਕੇਜਰੀਵਾਲ ਮਾਡਲ ਦੀ ਜਿੱਤ ਨਹੀਂ ਹੈਗੀ। ਉੱਥੇ ਇੱਕ ਜਿਵੇਂ ਮੈਨੇਜਮੈਂਟ ਦੇ ਤਹਿਤ ਇੱਕ ਇਲੈਕਸ਼ਨ ਜਿੱਤੀ ਗਈ ਆ, ਉਹ ਚੀਜ਼ ਹੈ ਕਿਉਂਕਿ ਕਾਂਗਰਸ ਨੇ ਟੋਟਲੀ ਹੀ ਪ੍ਰਚਾਰ ਨਾ ਕਰਕੇ ਇੱਕ ਨੈਸ਼ਨਲ ਪਾਰਟੀ ਜਿਹੜੀ ਕਿ 15 ਸਾਲ ਦਿੱਲੀ ਤੇ ਰਾਜ ਕੀਤਾ, ਉਹ ਤਾਂ 4% ਤੇ ਸਿਮਟ ਜੇ। ਤੁਸੀਂ ਕਾਂਗਰਸ ਸਾਰੇ ਆਮ ਆਦਮੀ ਪਾਰਟੀ ਦਾ ਆਕਲਨ ਕਿਉਂ ਕਰਦੇ ਪਿਆ? ਕਿਉਂਕਿ ਜੇ ਤੁਸੀਂ ਇਹ ਕਹਿ ਰਹੇ ਹੋ ਕਿ ਇਹਨਾਂ ਨੇ ਮੈਨੇਜਮੈਂਟ ਤਕੜੀ ਕੀਤੀ, ਇਹਦਾ ਮਤਲਬ ਤੁਹਾਡੇ ਵੱਲੋਂ ਮਿਸਮੈਨੇਜ ਰਿਹਾ ਨਾ, ਤੁਸੀਂ ਨਫ਼ਰਤ ਦੀ ਸਿਆਸਤ ਕੀਤੀ ਤੁਸੀਂ ਲੋਕਾਂ ਨੇ। ਨਹੀਂ, ਅਸੀਂ ਮੈਂ ਫਿਰ ਦੁਬਾਰਾ ਕਲੀਅਰ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਚੋਣਾਂ ਨਹੀਂ ਲੜੀਆਂ, ਅਸੀਂ ਸਮਰਥਨ ਦਿੱਤਾ, ਪ੍ਰਚਾਰ ਵੀ ਨਹੀਂ ਕੀਤਾ। ਅਸੀਂ ਸਾਡੀ ਦਿੱਲੀ ਯੂਨਿਟ ਨੇ ਉੱਥੇ ਪ੍ਰਚਾਰ ਕੀਤਾ ਔਰ ਦਿੱਲੀ ਯੂਨਿਟ ਨੇ ਹੀ ਉੱਥੇ ਦਾ ਸਮਰਥਨ ਜਿਹੜਾ ਕੀਤਾ ਬੀਜੇਪੀ ਦਾ। ਪਰ ਜਿਹੜੀ ਗੱਲ ਆਪਾਂ ਕਰੀਏ, ਮੈਂ ਇੱਕ ਗੱਲ 'ਤੇ ਆ ਜਾਂ ਕਿ ਕੇਜਰੀਵਾਲ ਸਾਹਿਬ ਦਾ ਸਭ ਤੋਂ ਵੱਡਾ ਮਾਡਲ ਜਿਹੜਾ ਉਹ ਪ੍ਰੋਜੈਕਟ ਕਰਦੇ ਰਹੇ ਉਹ ਸੀ ਕਿ ਉੱਥੇ ਦਾ ਐਜੂਕੇਸ਼ਨ ਸਿਸਟਮ ਦਾ, ਔਰ ਐਜੂਕੇਸ਼ਨ ਮਿਨਿਸਟਰ ਉੱਥੇ ਦੇ ਕੌਣ ਹੈ? ਮਨੀਸ਼ ਸਿਸੋਦੀਆ। ਔਰ ਸਿਸੋਦੀਆ ਸਾਹਿਬ ਕਿਵੇਂ ਜਿੱਤੇ ਨੇ 3000 ਵੋਟ ਤੇ ਫਸ ਕੇ, ਔਰ ਉਹ ਵੀ ਕਾਂਗਰਸ ਉੱਥੇ ਇੰਨੀ ਜ਼ਮਾਨਤ ਜ਼ਬਤ ਹੋ ਜੇ ਔਰ ਫਿਰ ਉਹ ਜਿੱਤਦੇ ਨੇ, ਤਾਂ ਉਹ ਕੋਈ ਆਪਾਂ ਇਹਨੂੰ ਉਸ ਤਰੀਕੇ ਨਾਲ ਐਨਾਲਾਈਜ਼ ਨਹੀਂ ਕਰ ਪਾ ਰਹੇ ਜਿਵੇਂ ਕਰਨਾ ਚਾਹੀਦਾ। ਆਪਾਂ ਮਨੀਸ਼ ਸੋਦੀਆ ਜ਼ਿਕਰ, ਫਿਰ ਬਰਾੜੀ ਵਾਲੇ ਉਹਨਾਂ ਦਾ ਸੰਜੀਵ ਜੀ ਦਾ ਵੀ ਜ਼ਿਕਰ ਕਰ ਲਓ, ਫਿਰ ਅਮਾਨਤੁੱਲਾ ਖਾਨ ਦਾ ਵੀ ਜ਼ਿਕਰ ਕਰ ਲਓ, ਮੈਂ ਕੱਲੀ ਕੱਲੀ ਸੀਟ ਤੁਹਾਨੂੰ ਬਣਾ ਦੂੰਗਾ। ਨਹੀਂ ਫਿਰ ਕਲੀਅਰ ਸਾਹਿਬ, ਮੈਨੂੰ ਸਿੱਧੇ ਸਵਾਲ ਦਾ ਜਵਾਬ ਦਿਓ ਨਾ, ਬੀਜੇਪੀ ਦੀ ਨਫ਼ਰਤ ਵਾਲੀ ਰਾਜਨੀਤੀ ਅਕਾਲੀ ਦਲ ਉਹਦੇ ਨਾਲ ਖੜਾ? ਅਕਾਲੀ ਦਲ ਸਰਬੱਤ ਦੇ ਭਲੇ ਦੀ ਗੱਲ ਕਰਦਾ ਔਰ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਸਟੈਂਡ ਬਿਲਕੁਲ ਸਪਸ਼ਟ ਹੈ। ਔਰ ਸ਼੍ਰੋਮਣੀ ਅਕਾਲੀ ਦਲ, ਅਗਰ ਬੀਜੇਪੀ ਸਾਡੀ ਭਾਈਵਾਲ ਹੈ, ਪਰ ਸ਼੍ਰੋਮਣੀ ਅਕਾਲੀ ਦਲ ਸਰਬੱਤ ਦੇ ਭਲੇ ਦੇ ਸਟੈਂਡ ਤੋਂ ਕਦੇ ਪਿੱਛੇ ਨਹੀਂ ਹਟਿਆ ਨਾ ਹਟੇ। ਗੋਲੀ ਤੇ ਅੱਤਵਾਦੀ ਲਈ ਸਿਆਸਤ ਨਾਲ ਅਕਾਲੀ ਦਲ ਖੜਾ ਜਾਂ ਨਹੀਂ? ਜਿਹੜੀ ਗੱਲ 2 MPA ਨੇ ਉੱਥੇ ਬਿਆਨ ਦਿੱਤੇ, ਅਕਾਲੀ ਦਲ ਨੇ ਉਹਦੀ ਕੜੀ ਨਿੰਦਾ ਕਰਦਾ ਔਰ ਐਸੇ ਬਿਆਨ ਨਹੀਂ ਦੇਣੇ। ਠੀਕ ਹੈ, ਮੈਂ ਵੈਲਕਮ ਕਰਦਾ ਅਰਜੀਤ ਦਾਰਾ ਸਾਹਿਬ। ਆਮ ਆਦਮੀ ਪਾਰਟੀ ਦੇ ਲਈ ਹੁਣ ਦੇਸ਼ ਦੇ ਲਈ ਕੋਈ ਇੱਕ ਨਵਾਂ ਮਾਡਲ ਆ ਆਮ ਆਦਮੀ ਪਾਰਟੀ ਕੋਲ, ਕੇਜਰੀਵਾਲ ਮਾਡਲ ਆ ਕੇ ਜਾਂ ਇਸ ਤੋਂ ਪਹਿਲਾਂ ਵੀ ਹੈਗਾ ਸੀ ਜਾਂ ਹੁਣ ਇਸ ਤਰੀਕੇ ਪ੍ਰਚਾਰਿਆ ਜਾ ਰਿਹਾ ਕਿ ਇੱਕ ਨਵਾਂ ਮਾਡਲ ਆ ਕੇਜਰੀਵਾਲ ਮਾਡਲ? ਕਿਉਂਕਿ ਮੈਂ ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਦਾ ਮੈਂ ਡਾਟਾ ਮੈਂ ਸਾਰਾ ਕੱਢਿਆ ਵੀ ਹੋਇਆ, ਉਹ ਮੈਂ ਇੱਥੇ ਚਲਾ ਵੀ ਰਿਹਾ ਨਾਲ ਨਾਲ, ਅਤੇ ਕਿੱਥੇ ਜ਼ਮਾਨਤਾਂ ਜ਼ਬਤ ਹੋਈਆਂ ਸੀ, ਕਿੱਥੇ ਕੀ ਕੁਛ ਹੋਇਆ ਸੀ, ਮੋਦੀ ਸਾਹਿਬ ਦੇ ਖਿਲਾਫ਼ ਵੀ ਜਾ ਕੇ ਲੜ ਰਹੇ ਸੀ ਕੇਜਰੀਵਾਲ ਸਾਹਿਬ। ਜਿਹਨੂੰ ਕੇਜਰੀਵਾਲ ਮਾਡਲ ਕਿਹਾ ਜਾਂਦਾ ਹੈ, ਇਨਫਰਾਸਟ੍ਰਕਚਰ ਨੂੰ ਪ੍ਰਮੋਟ ਕਰਨ ਦਾ, ਬਿਹਤਰ ਕਰਨ ਦਾ, ਐਜੂਕੇਸ਼ਨ, ਹੈਲਥ, ਫਰੀ ਬਿਜਲੀ, ਫਰੀ ਬੱਸਾਂ 'ਚ ਯਾਤਰਾ, ਇੱਕ ਮਾਡਲ ਤਾਂ ਉਹ ਹੈ, ਸ਼ਾਇਦ ਉਸ ਦੀ ਗੱਲ ਹੀ ਕੀਤੀ ਜਾ ਰਹੀ ਹੈ। ਉੜੀਸਾ ਤੋਂ ਲੈ ਕੇ ਗੁਜਰਾਤ ਦੇ ਵਿੱਚ ਇੱਕ ਸੈਂਸ ਦੇ ਵਿੱਚ ਪਹਿਲਾਂ ਹੋਇਆ, ਸਰਕਾਰਾਂ ਰਿਪੀਟ ਹੋਈਆਂ, ਛੱਤੀਸਗੜ੍ਹ 'ਚ ਵੀ ਹੋਈ। ਮੈਂ ਥੋੜ੍ਹਾ ਐਡ ਆਨ ਕਰਦਾ ਗੁਰਦਾਰਾ ਸਾਹਿਬ, ਵੈਸੇ ਤਾਂ ਤੁਸੀਂ ਆਪ ਬੜੇ ਸਿਆਣੇ ਹੋ, ਪਰ ਇਹ ਇਕੱਲਾ ਕੇਜਰੀਵਾਲ ਮਾਡਲ ਉਸ ਦੀ ਗੱਲ ਨਹੀਂ ਕੀਤੀ ਜਾ ਰਹੀ, ਕੇਜਰੀਵਾਲ ਮਾਡਲ ਉਸ ਦੀ ਵੀ ਗੱਲ ਕੀਤੀ ਜਾ ਰਹੀ ਕਿ ਨਫ਼ਰਤ ਦੀ ਸਿਆਸਤ ਦੇ ਵਿਚਾਲੇ ਇਹ ਆਈ ਲਵ ਯੂ ਵਾਲਾ ਕੇਜਰੀਵਾਲ ਹੈ। ਸਰ, ਮੈਂ ਤੁਹਾਨੂੰ ਬਿਲਕੁਲ ਠੀਕ ਕੋਈ ਗੱਲ ਕਰਨ ਜਾ ਰਿਹਾ ਸੀ।
दूजा मॉडल हैगा कि तुसीं नफरत की राजनीति करते हो या नहीं करते। एक नफरत की राजनीति करने वाले सीगे, एक चुप रहने वाले सी, पर इस देश दे विच नफरत की राजनीति करने वाली भारतीय जनता पार्टी जिन्हां तुसीं गल की गोली मारो की गल करते ने, देश नूं तोड़न की गल कर रहे ने, देश दे विच सीए वर्गा कानून लिया के जिहड़ी गल कर रहे ने, उहदे खिलाफ खड़े होके उस विचारधारा नूं रोकण की गल है, उहदे सामने एक विचार पेश करन दी जिहड़ी गल है, उह अरविंद केजरीवाल ने शो नहीं कीती। उहने ना सिर्फ विचारधारा शून्यता है, विचार शून्यता भी है। इत्थों तक है कि 370 का जिहड़ा जिहदे विच 6 महीने तो कश्मीर के लोग जिहड़ी जिस तरह बंदी बनाए गए ने, जिहड़ी हालात है, पूरे इलैक्शन ते ही नहीं, ਉਹ ਫੈਸਲੇ ਬਾਰੇ ਅਰਵਿੰਦ ਕੇਜਰੀਵਾਲ ਨੇ ਮੋਦੀ ਮਿਸਟਰ ਕੇਜਰੀਵਾਲ ਸੌਫਟ ਹਿੰਦੂਤਵ ਦੇ ਚੱਲਦੇ ਪਏ ਆ, ਮੁੱਦੇ ਤੇ ਚੱਲਦੇ ਪਏ ਆ, ਕਹਿ ਸਕਦੇ ਆ ਨਹੀਂ ਕਰ ਸਰ ਸੌਫਟ ਹਿੰਦੂਤਵ ਤੋਂ ਵੀ ਅੱਗੇ ਹੈ, ਅੱਗੇ ਹੈ ਉਹ ਇਹ ਹੈ ਕਿ ਵੋਟਾਂ ਲੈਣ ਵਾਸਤੇ ਜਿਹੜੀ ਗੱਲ ਕਹਿਣਾ ਸੂਟੇਬਲ ਹੈ ਉਹ ਕਰ ਲੈਂਦੇ ਨੇ। ਮੈਂ ਮੈਂ ਛੋਟਾ ਬ੍ਰੇਕ ਲੈਣਾ, ਮੈਂ ਉਸ ਤੋਂ ਬਾਅਦ ਆ ਰਿਹਾ ਤੁਹਾਡੇ ਕੋਲ, ਛੋਟਾ ਬ੍ਰੇਕ ਲੈ ਕੇ ਵਾਪਸ ਆਵਾਂਗੇ। ਸਵਾਲ ਇਹ ਉੱਠ ਖੜਾ ਹੋਇਆ ਇਸ ਡਿਬੇਟ ਦੇ ਵਿੱਚ ਕਿ ਮੋਦੀ ਦੀ ਸਿਆਸੀ ਪਿੱਚ 'ਤੇ ਖੇਡ ਰਹੇ ਨੇ ਕੇਜਰੀਵਾਲ, ਇਹ ਸਵਾਲ ਇਸ ਕਰਕੇ ਕਿਉਂਕਿ ਦੇਸ਼ ਵਿੱਚ ਕਿੱਥੋਂ ਤੱਕ ਕੇਜਰੀਵਾਲ ਇਹ ਸਵਾਲ ਪੁੱਛਿਆ ਜਾ ਰਿਹਾ। ਬ੍ਰੇਕ ਤੋਂ ਵਾਪਸ ਆ ਰਿਹਾ, सवाल एक पुछे सवाल असं ये पूछ रहे हैं, दिल्ली का केजरीवाल मॉडल देश की सियासत लिए कितना फिट है? गुदारा साहब तुम अपनी गल पूरी करो। हाँ, मैं ये कह रहा सी जिथे देश दे विच हुण सामने गल सवाल सीगा कि बीजेपी जिस तरह की राजनीति कर रही है उसके सामने ठीक सीधे संविधान के विचार को लैके संविधान को बचाने वास्ते उस नफरत की राजनीति के खिलाफ एक वैचारिक लड़ाई लड़ी जाती, विचार की गल होंगी। दिल्ली के हर कोई जानता है अरविंद के उन्होंने कहा जा रहा है सैणप की, पर एक गल सैणप का मामला नहीं गा, ਇਹ ਬਹੁਤ ਚੰਗੀ ਗੱਲ ਹੈ ਕਿ ਬੀਜੇਪੀ ਉੱਥੇ ਹਾਰੀ ਹਾਰਨਾ ਚਾਹੀਦਾ ਸੀ, ਪਰ ਰਾਹ ਇਸ ਦੇਸ਼ ਨੂੰ ਉਹ ਚਾਹੀਦਾ ਜਿੱਥੇ ਬੀਜੇਪੀ ਦੀ ਉਸ ਰਾਜਨੀਤੀ ਦਾ ਵਿਰੋਧ ਹੋ ਸਕੇ। ਮੈਂ ਤੁਹਾਨੂੰ ਕਿਹਾ ਜੰਮੂ ਕਸ਼ਮੀਰ ਦੀ ਗੱਲ ਕੀਤੀ, ਉੱਥੇ ਸਟੇਟ ਨੂੰ ਯੂਟੀ ਬਣਾ ਦਿੱਤਾ ਗਿਆ, ਫੁੱਲ ਸਟੇਟ ਦੀ ਮੰਗ ਕਰਨ ਵਾਲੀ ਪਾਰਟੀ ਉਸ ਫੈਸਲੇ ਦਾ ਸਮਰਥਨ ਕਰ ਰਹੀ ਸੀ, ਆਮ ਆਦਮੀ ਪਾਰਟੀ, ਜਿੱਥੇ ਉਹ ਜਿਹੜੀ ਉੱਥੇ ਹਾਲਤ ਹੈ ਉਹਦੇ ਬਾਰੇ ਨਹੀਂ ਬੋਲ ਰਹੀ। ਜਾਮੀਆ 'ਚ ਜੋ ਹੋ ਗਿਆ, JNU 'ਚ ਜੋ ਹੋ ਗਿਆ, ਗਾਰਗੀ ਕਾਲਜ ਦੇ ਵਿੱਚ ਜੋ ਹੋ ਗਿਆ, ਉਹਦੇ ਬਾਰੇ ਚੋਣਾਂ ਦੇ ਦੌਰਾਨ ਚੁੱਪੀ, ਸੀਏ ਦੇ ਖਿਲਾਫ ਸ਼ਾਹੀਨ ਬਾਗ ਦੇ ਆਪਾਂ ਇਹਨੂੰ ਦੋ ਹਿੱਸਿਆਂ 'ਚ ਵੰਡ ਕੇ ਦੇਖ ਸਕਦੇ ਹਾਂ। ਇੱਕ ਪਾਸੇ ਕਿਹਾ ਜਾ ਰਿਹਾ ਕਿ ਅਰਵਿੰਦ ਕੇਜਰੀਵਾਲ ਹੋਰਾਂ ਦੀ ਇਹ ਇੱਕ ਪੋਲਿਟਿਕਸ ਦਾ ਹਿੱਸਾ ਰਿਹਾ, ਉਹਨਾਂ ਦੀ ਸਟ੍ਰੈਟਜੀ ਰਹੀ ਆ ਕਿ ਬੀਜੇਪੀ ਦੀ ਪਿੱਚ 'ਤੇ ਕਿਵੇਂ ਜਾ ਕੇ ਖੇਡਣਾ ਅਤੇ ਬੀਜੇਪੀ ਨੂੰ ਕਿਵੇਂ ਹਰਾਉਣਾ। ਇੱਕ ਦੂਜਾ ਇਹ ਹੈਗਾ ਜੀ, ਜਿਸ ਤਰੀਕੇ ਨਾਲ ਕਾਂਗਰਸ ਨੇ ਸਪੋਰਟ ਕੀਤੀ ਹੈ, ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦੀ ਸਿਆਣਪ ਕਹੀ ਜਾ ਸਕਦੀ, ਕਾਂਗਰਸ ਦੀ ਵੀ ਸਿਆਣਪ ਰਹੀ ਉਹ? ਸਰ ਮੈਂ ਤਾਂ ਕਹਿੰਦਾ ਕਿ ਦੇਸ਼ ਦੇ ਲੋਕਾਂ ਦੇ ਹਿੱਤ ਦੇ ਵਿੱਚ ਇਹ ਜੀ ਕੋਈ ਸਿਆਣਪ ਦਾ ਮਤਲਬ ਨਹੀਂ ਗਾ। ਇਸ ਦੇਸ਼ ਦੇ ਲੋਕਾਂ ਨੂੰ ਬੀਜੇਪੀ ਦੀ ਜਿਹੜੀ ਰਾਜਨੀਤੀ ਹੈ ਨਫ਼ਰਤ ਦੀ, ਸੰਵਿਧਾਨ ਨੂੰ ਖਤਮ ਕਰਨ ਦੀ, ਭਾਰਤ ਦੇ ਆਈਡੀਆ ਨੂੰ ਵਿਚਾਰ ਨੂੰ ਖਤਮ ਕਰਨ ਦੀ, ਉਹਦੇ ਖਿਲਾਫ ਸਿੱਧੇ ਵਿਚਾਰ ਦੀ ਲੜਾਈ ਲੜਨੀ ਪਈ। ਜੇ ਨਫ਼ਰਤ ਦੀ ਰਾਜਨੀਤੀ ਦੇ ਵਿੱਚ ਅਰਵਿੰਦ ਕੇਜਰੀਵਾਲ ਕੁੱਦਦੇ ਤਾਂ ਹੋ ਸਕਦਾ ਕਿ ਆਮ ਆਦਮੀ ਪਾਰਟੀ ਉੱਥੇ ਲੂਜ਼ ਕਰ ਜਾਂਦੀ। ਸਰ ਇਸ ਦੇਸ਼ ਨੂੰ ਬਚਾਉਣ ਦਾ ਇੱਕੋ ਹੀ ਤਰੀਕਾ ਹੈ, ਹਾਂ, ਕਿ ਤੁਸੀਂ ਇਹਨੂੰ ਚੋਣਾਂ ਦੇ ਵਿੱਚ ਵੀ ਹਰਾਓ, ਰਾਜਨੀਤਿਕ ਵਿਚਾਰ ਨਾਲ ਵੀ ਹਰਾਓ। ਰਾਜਨੀਤਿਕ ਮੈਦਾਨ ਜਿਹੜਾ, ਵਿਚਾਰ ਦਾ ਮੈਦਾਨ ਜਿਹੜਾ, ਉਹ ਇਹਨਾਂ ਤੋਂ ਖਾਲੀ ਛੱਡ ਕੇ ਉਸੇ ਪਾਸੇ ਖੜੇ ਹੋ ਕੇ ਜੈ ਸ਼੍ਰੀ ਰਾਮ ਦੇ ਸਾਹਮਣੇ ਜੈ ਬਜਰੰਗ ਬਲੀ ਦੇ ਨਾਰੇ ਲਾ ਕੇ ਚੋਣ ਤੋਂ ਪਹਿਲੇ ਦਿਨ ਇਹ ਕਹਿਣਾ ਕਿ ਮੇਰੀ ਹਨੂੰਮਾਨ ਜੀ ਨਾਲ ਗੱਲ ਹੋ ਗਈ, ਉਹਨਾਂ ਨੇ ਕਿਹਾ ਕੰਮ ਚੰਗਾ ਕਰ ਰਹੇ ਹਾਂ, ਇਸ ਤਰ੍ਹਾਂ ਦੀ ਰਾਜਨੀਤੀ ਕਰਨ ਵਾਲਾ ਜਿਹੜਾ ਖੇਡ ਹੈ ਉਹਦੇ 'ਚ ਭਾਰਤੀ ਜਨਤਾ ਪਾਰਟੀ ਨੂੰ ਭਵਿੱਖ 'ਚ ਰੋਕੇ ਜਾਣ ਦਾ ਰਾਹ ਨਹੀਂ ਨਿਕਲਦਾ। ਇਸ ਦੇਸ਼ ਦੇ ਵਿੱਚ ਉਹ ਰਾਹ ਦੀ ਲੋੜ ਹੈ, ਇਸ ਕਰਕੇ ਮੈਂ ਕਿਹਾ ਇੱਕ ਪਾਸੇ ਇਨਫਰਾਸਟ੍ਰਕਚਰ ਦੀ ਗੱਲ ਹੈ, ਚੰਗੀ ਗੱਲ ਹੈ, ਦੂਜੇ ਪਾਸੇ ਸੰਵਿਧਾਨ 'ਤੇ ਜਿਹੜਾ ਖਤਰਾ ਹੈ ਉਹਨੂੰ ਬਚਾਉਣ ਦੀ ਲੜਾਈ ਕਿਸੇ ਵੀ ਕਿਸੇ ਨੂੰ ਲੜਨੀ ਪੈਣੀ ਹੈ। ਦਿੱਲੀ ਦਾ ਚੋਣਾਂ ਬਹੁਤ ਸਾਫ਼ ਸਪਸ਼ਟ ਕਰਦਾ ਹੈ ਕਿ ਆਮ ਆਦਮੀ ਪਾਰਟੀ ਨੇ ਉਸ ਲੜਾਈ ਦੇ ਵਿੱਚੋਂ ਮੈਦਾਨ ਤੋਂ ਬਾਹਰ ਹਟੀ ਹੈ, ਅਤੇ ਜਦੋਂ ਵੀ ਬਾਕੀ ਸਟੇਟਸ ਦੀ ਜਾਣ ਦੀ ਤੁਸੀਂ ਗੱਲ ਕਰ ਰਹੇ ਸੀ, ਉੱਥੇ ਜਾਂਦੇ ਇਸ ਤਰ੍ਹਾਂ ਸਿਰਫ ਅਬੈਂਸ ਦੇ ਵਿੱਚ ਜਾ ਕੇ ਅਬੈਂਡਨ ਕਰਕੇ ਚੀਜ਼ਾਂ ਨੂੰ ਤੁਸੀਂ ਚੋਣ ਦੇ ਵਿੱਚ ਨਹੀਂ ਜਾ ਸਕਦੇ, ਦੇਸ਼ ਦੀ ਬਣਾਵਟ ਇਸ ਤਰ੍ਹਾਂ ਨਹੀਂ। ਦੈਟ ਇਜ਼ ਇੰਪੋਰਟੈਂਟ ਇਸ਼ੂ ਜਿਹਦੇ ਵਿੱਚ ਬਿਲਕੁਲ ਇੰਪੋਰਟੈਂਟ ਇਸ਼ੂ ਹੈ। ਪ੍ਰਸਮਨਜੀਤ ਸਿੰਘ, ਮੈਂ ਇੱਕ ਸਵਾਲ ਛੱਡ ਕੇ ਗਿਆ ਸੀ ਕਿ ਮੋਦੀ ਦੀ ਸਿਆਸੀ ਪਿੱਚ 'ਤੇ ਖੇਡ ਰਹੇ ਨੇ ਕੇਜਰੀਵਾਲ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਕਿਵੇਂ ਸਟੈਬਲਿਸ਼ ਕਰੋਗੇ ਉਹਨਾਂ ਨੂੰ? ਰਾਸ਼ਟਰ ਨਿਰਮਾਣ ਵਾਲੀ ਮਿਸਡ ਕਾਲ ਤੇ ਸਟੈਬਲਿਸ਼ ਕਰੋਗੇ? ਬਿਲਕੁਲ, ਦੇਸ਼ਭਗਤੀ ਦੇ ਪਾਠ ਸਟੈਬਲਿਸ਼ ਕਰੋਗੇ? ਦੇਸ਼ਭਗਤੀ ਤੁਸੀਂ ਸ਼ੁਰੂ ਤੋਂ ਡੇ 1 ਤੋਂ ਹੀ ਤੁਸੀਂ ਉਹਨਾਂ ਦਾ ਦੇਖੋ ਨਾ, ਜਿਹੜਾ ਜਦੋਂ ਮੁਸਲਮਾਨਾਂ ਨੂੰ ਉਹਨਾਂ ਦਾ ਜਾਣੀ ਦੇਸ਼ ਭਗਤੀ ਦਾ ਟੈਸਟ ਲਾਇਆ ਜਾਂਦਾ, ਕਿਹੜਾ ਟੈਸਟ ਲਾਉਂਦੇ ਆ? ਜਦੋਂ ਉਹਨਾਂ ਨੂੰ ਕੁੱਟਦੇ ਮਾਰਦੇ ਆ ਗਊ ਰਕਸ਼ਕ, ਉਹ ਕਹਿੰਦੇ ਆ ਕਿ ਬੋਲੋ ਭਾਰਤ ਮਾਤਾ ਦੀ ਜੈ। ਉਹ ਕਹਿੰਦੇ ਅਸੀਂ ਮਾਤਾ ਨਹੀਂ ਕਹਿ ਸਕਦੇ, ਵੈਸੇ ਅਸੀਂ ਦੇਸ਼ ਭਗਤ ਹਾਂ, ਕਿਉਂਕਿ ਸਾਡਾ ਜਿਹੜਾ ਧਰਮ ਹੈ ਸਾਨੂੰ ਇਜਾਜ਼ਤ ਨਹੀਂ ਦਿੰਦਾ। ਪਰ ਇਹ ਤਾਂ ਨਾਰੇ ਵਾਰ ਵਾਰ ਲਾਉਂਦੇ ਹੀ ਆ, ਭਾਰਤ ਮਾਤਾ ਦੀ ਜੈ, ਭਾਰਤ ਮਾਤਾ ਦੀ ਜੈ ਜਿਹੜੀ ਆ ਉਹ ਕਿੱਥੋਂ ਆ? ਉਹ RSS ਦਾ ਹੋ ਰਿਹਾ। ਇਹ ਨਹੀਂ ਕਿ ਸਾਨੂੰ ਕੋਈ ਉਹਦਾ ਪਿਆਰ ਨਹੀਂ ਹੋ ਜਾਂ ਅਸੀਂ ਉਹ ਨਾਰੇ ਲਾਏ ਨਹੀਂ, ਲਾਉਂਦੇ ਰਹੇ ਅਸੀਂ ਵੀ, ਪਰ ਜਦੋਂ ਸਾਨੂੰ ਪਤਾ ਲੱਗ ਗਿਆ ਤਾਂ ਅਸੀਂ ਥੋੜ੍ਹਾ ਜਿਹਾ ਉਹਦੇ ਬਾਰੇ ਦੋ ਵਾਰੀ ਸੋਚਦੇ ਜ਼ਰੂਰ ਹਾਂ ਕਿ ਇਹ ਕਿਸੇ ਕਿਸਮ ਦੀ ਘੱਟ ਗਿਣਤੀ ਨੂੰ ਪਨਿਸ਼ ਕਰਨ ਵਾਲਾ ਜਿਹੜੀ ਮੁਸਲਿਮ ਸਮੁਦਾਇ ਆ ਉੱਥੇ ਵੀ ਇਹੀ ਨਾਰਾ ਵਰਤਿਆ ਜਾਂਦਾ, ਅਤੇ ਕਿੱਧਰ ਨੂੰ ਜਾਂਦੀ ਹੈ ਸੋਚ? ਇਸ ਕਰਕੇ ਜੇ ਤੁਸੀਂ ਇਹ ਕਹੋ ਨਾ ਕਿ ਉਹਨਾਂ ਦੀ ਵਿਚਾਰਧਾਰਾ ਨਹੀਂ, ਉਹਨਾਂ ਦੀ ਦੋ ਵਿਚਾਰਧਾਰਾ ਬੜੀ ਕਲੀਅਰ ਹੈ। ਇੱਕ ਇਹ
कि जिहड़ा मुस्लिम ना जिहड़ी हिंदू बहु गिणती आ उहदे विच विच किवें खेल खेलणी एक उहदे नाल बाहर नहीं जाना। नहीं प्रोफेसर मनीष सिंह जिहड़े इह चर्चा सुन रहे होणगे ना वो तो कहेंगे भी तुम एक एजेंडा सैट करके बैठे हो कि केजरीवाल को असी धर्म वाले कार्ड वाला नेता साबित करना। नहीं नहीं किवें आ तुसी तुझे नहीं नहीं क्यों तो तुहानू प्रूफ दे दिंदे आ हुण प्रूफ यही है कि जिहड़ा जिहड़ा एक पासे सारा पंजाब सड़कां दे उत्ते सी जिले वाइज उहदे प्रोटेस्ट होए आ धारा 370 नूं हटाउण दी किड्डी छोटी गल आ हुण भी 25 देशां दा जिहड़ा अज्ज भी उत्थे जिहड़े लोक सफीर गए आ अंबैसडर गए होर सारे उहनां दे गए आ कंसुलेट वाले लोग यूरोपियन यूनियन तो लैके सारे वो बार बार जाके पता लै रहे सारी दुनिया च ईयू दे विच गल चलेगी तो इन्हां नूं डट के ये उहदे सपोर्ट दे विच कर रहे आ। तुसीं देखो जिहड़ी ह्यूमन राइट्स की वायलेशन आ वो किड्डे वड्डे पद्धर ते होई आ गैर कानूनी भी हैगी आ वैसे भी पर इन्हां ने उत्थे उहो जी कोई गल नहीं कीती जिहड़ी इस करके असीं जबरदस्ती किसे चीज़ नूं लद नहीं रहे। देखो जिहड़ी एजुकेशन की गल कहिंदे ये पहली बार नहीं होया किन्ने साल केरला मॉडल चलता रहा क्योंकि सब तो वध लिटरेसी उत्थे होई है। नहीं केजरीवाल दी इस गल तो तारीफ करनी पौगी ना जिहड़ा ने मारला कहिंदा भी चंगा काम एजुकेशन दा काम कीता है हेल्थ दे काम पानी बिजली जिहड़ी आ हेल्थ ये सारा कुछ देना बड़ा चंगा काम है पर तुसीं इस नूं ये समझ लो कि एक टोटल एक मॉडल बन गया ये मॉडल नहीं हैगा इहो जिहे काम पहलां दूजियां स्टेटां छोटियां तो छोटियां मिजोरम वो लिटरेसी रेट उन्हों का देखो कितना ज़्यादा है इस तरीके हिमाचल प्रदेश इस करके तुम जो ये कहो कि सिर्फ तो सिर्फ हम दिल्ली एक मॉडल बन गया जी प्रचार की गल है मैं उत्थे कहना कि मॉडल उडल कोई नहीं है उन्होंने काम किया। दूजी गल ये बड़ी इंपॉर्टेंट गल है कि हालात यहोजे बन गए कि लोगों कोई चारा ही नहीं सी कांग्रेस सरेंडर की हुई है बीजेपी जी कुटन मारन की वायलेंस की गल कर रहे लोगों ने वोट तो पानी सी ना किनू पाते इस करके केजरीवाल नहीं वोट पई है और चंगी गल हुई है कि केजरीवाल जितया क्योंकि बीजेपी इन हालात च जो ये कर रही थी पॉलिटिक्स बिल्कुल हारनी चाहिए। ठीक है हाँ जी जो कहना कि केजरीवाल धर्म की पॉलिटिक्स खिंचना चाहते हो नहीं मैं तो मनजीत जी ने जी गल कही मैंने जो समझाया असं इस देश की संविधान को बचाने की जी लड़ाई है इस देश के सैकुलरिज्म को बचाने की लड़ाई है इस देश के विचार की लड़ाई है सारे धर्मों में इकट्ठे रहने की गल कहना ये जो कोई नफरत की गल कर रहे हो वो मुकाबले तुम चुप हो जाओ ये ना कहो नहीं भी तुम गलत कर रहे हो बंडवारा पाके ये बोलो भी नहीं ये उन्ना ही खतरनाक है ये कह रहे हैं संविधान को बचाने की गल कर रहे हो उस पासे नहीं खड़े। तुसीं तां बहुत पढ़े लिखे हो तो पंजाब दे विच तुसीं पढ़ाई भी की है इत्थे सानूं एक ही पाठ पढ़ाया जाता शुरू तो कि चुप रहना उन्ना ही खतरनाक है कि तुसीं वो दुश्मन दे जां तुसीं ये कहो कि उस नफरत दे विच हिस्सा पा रहे हो ਤੁਸੀਂ ਇਸ ਗੱਲ ਮੰਨਦੇ ਹੋ। ਦੇਖੋ ਜੀ ਜਿੱਥੇ ਗੱਲ ਸੀ ਏ ਦੀ ਹੈ ਸੀ ਏ ਦੇ ਵਿੱਚ ਸਾਡਾ ਪਾਰਲੀਮੈਂਟ ਦੇ ਵਿੱਚ ਜਿਹੜਾ ਰਾਜ ਸਭਾ ਦੇ ਵਿੱਚ ਸਾਡਾ ਜਿਹੜਾ ਮੈਂਬਰ ਹੈ ਜਾਂ ਸਾਡੇ ਲੋਕ ਸਭਾ ਦੇ ਵਿੱਚ ਸਾਡਾ ਮੈਂਬਰ ਹੈ ਉਹਨਾਂ ਨੇ ਡਟ ਕੇ ਮੋਦੀ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹਾਲਾਂਕਿ ਅਕਾਲੀ ਦਲ ਨੇ ਅੰਦਰ ਉਹਦੇ ਹੱਕ 'ਚ ਵੋਟ ਪਾਈ ਬਾਹਰ ਆ ਕੇ ਵਿਰੋਧ ਕੀਤਾ ਉਹ ਤਾਂ ਡਬਲ ਸਟੈਂਡਰਡ ਦੇ ਹਰ ਜਗ੍ਹਾ ਰਹਿੰਦੇ ਆ ਔਰ ਇਹਨਾਂ ਨੇ ਤਾਂ ਜਿਹੜੀ ਪਾਰਟੀ ਜਿਹੜੀ ਵਿਚਾਰਧਾਰਾ ਨੂੰ ਉਹ ਨੁਮਾਇੰਦਗੀ ਕਰਦੇ ਜਾ ਕੇ ਬੈਠ ਗਏ ਸੀਗੇ ਨੁਮਾਇੰਦਗੀ ਮੈਂ ਦੱਸਦਾ ਨਾ ਤੁਹਾਨੂੰ ਜਿਹੜੀ ਵਿਚਾਰਧਾਰਾ ਜਿਹੜੀ ਵੱਡੀ ਵਿਚਾਰਧਾਰਾ ਨੁਮਾਇੰਦਗੀ ਕਰਦਾ ਅਕਾਲੀ ਦਲ ਸਭੈ ਸਾਂਝੀਵਾਲ ਸਦਾਇਨ ਕੋ ਇਹਨਾਂ ਦੇ ਸਿਬਾ ਹਰਦੂ ਇਹਨਾਂ ਨੇ ਤਾਂ ਉਹਨੂੰ ਵੀ ਤਿਲਾਂਜਲੀ ਦੇ ਦਿੱਤੀ ਸੀ। ਬਾਕੀ ਗੱਲ ਇਹ ਹੈ ਵਕਤ ਵਿਚਾਰੇ ਸੋ ਬੰਦਾ ਹੋਏ ਪੰਜਾਬ ਦੇ ਵਿੱਚ ਆ ਵੀ ਇੱਕ ਗੱਲ ਚੱਲਦੀ ਹੈ ਇਹ ਗੁਰਬਾਣੀ ਦੀ ਹੈਗੀ ਹੈ ਸੋ ਜਿੱਥੇ ਤੁਹਾਨੂੰ ਪਤਾ ਵੀ ਅਸੀਂ ਮਰਨਾ ਬੋਲੇ ਦਾ ਅਸਰ ਕੋਈ ਨਹੀਂ ਹੋਣਾ ਉਹ ਨਾਰਾ ਲਾ ਦਿੰਦੇ ਅਰਵਿੰਦ ਕੇਜਰੀਵਾਲ ਤੇ ਵੋਟਾਂ ਉਹਨਾਂ ਨੂੰ ਨਾ ਪੈਂਦੇ ਤੇ ਘਰੇ ਬਹਿ ਦੇ ਚੁੱਪ ਕਰਕੇ ਫਿਰ ਕਿਹਨੂੰ ਇਲਾਜ ਦੇਣਾ ਸੀ ਇੱਕ ਮਿੰਟ ਜੀ ਕਿਹਨੂੰ ਇਲਾਜ ਦੇਣਾ ਸੀ ਕਿਹੜੇ ਆਪਣੇ ਬਜ਼ੁਰਗਾਂ ਦਾ ਮੈਂ ਕੱਲੀ ਪੰਜਾਬ ਸੈਂਟਰ ਦਾ ਡਿਬੇਟ ਕਰਦਾ ਨਾ ਬਿਲਕੁਲ ਦੱਸ ਮੈਂ ਨੈਸ਼ਨਲ ਪ੍ਰੋਸਪੈਕਟਿਵ ਉਹੀ ਗੱਲ ਕਰਦਾ ਵੀ ਜਿੱਥੇ ਸੀਏ ਦਾ ਵਿਰੋਧ ਕਰਨਾ ਸੀ ਅਸੀਂ ਕੀਤਾ ਪਾਰਲੀਮੈਂਟ ਦੇ ਵਿੱਚ ਵਿਰੋਧ ਕਰਨਾ ਸੀ ਕੀਤਾ ਅਸੀਂ ਸੜਕਾਂ ਤੇ ਕਰ ਰਹੇ ਹਾਂ ਅਸੀਂ ਪੰਜਾਬ ਦੇ ਵਿੱਚ ਸਾਰੇ ਜਗ੍ਹਾ ਤੇ ਅਸੀਂ ਧਰਨੇ ਦਿੱਤੇ ਇੱਕ ਦੱਸ ਮੈਂ ਇੱਕ ਸਧਾਰਨ ਜਿਹਾ ਸਵਾਲ ਕਰੂੰਗਾ ਤੁਹਾਨੂੰ ਨਹੀਂ ਸਰ ਦਿੱਲੀ ਦੇ ਵਿੱਚ ਸੜਕਾਂ ਤੇ ਪੰਜਾਬ 'ਚ ਕਰ ਰਹੇ ਦਿੱਲੀ ਦੇ ਵਿੱਚ ਕਿਉਂ ਨਹੀਂ ਕਰਨਾ ਸੀ ਨਹੀਂ ਤੁਸੀਂ ਕੀਤਾ ਹੀ ਹੈ ਤੁਸੀਂ ਵੇਖ ਲੈ ਕਿੰਨੇ ਸੀਟ ਵੋਟਾਂ ਲੈ ਗਏ ਗੁਰਦਾਰਾ ਸਾਹਿਬ ਇੱਕ ਮਿੰਟ ਮੈਨੂੰ ਸਵਾਲ ਲੈ ਲੈਂਦੋ ਸ਼ਾਹੀਨ ਬਾਗ ਤੁਸੀਂ ਗਏ ਸ਼ਾਹੀਨ ਬਾਗ ਬਿਲਕੁਲ ਨਹੀਂ ਗਏ ਨਹੀਂ ਗਏ ਕਰ ਕੀ ਲੈਂਦੇ ਅੱਛਾ ਇੱਥੇ ਲੁਧਿਆਣਾ ਮਾਨਸਾ ਜਿਹੜੇ ਲੱਗੇ ਹੋਏ ਧਰਨੇ ਉੱਥੇ ਜਾ ਰਹੇ ਹੋ ਅਸੀਂ ਜਾਵਾਂਗੇ ਬਿਲਕੁਲ ਉੱਥੇ ਸੀਗੇ ਮਲੇਰਕੋਟਲਾ ਦੀ ਰੈਲੀ ਹੋਣੀ ਉੱਥੇ ਜਾਓਗੇ ਯਾਨੀ ਕਿ ਪੰਜਾਬ ਆਪ ਤੇ ਦਿੱਲੀ ਆਪ ਦਾ ਸਟੈਂਡ ਵੱਖ ਨਹੀਂ ਨਹੀਂ ਉੱਥੇ ਜਾਣਗੇ ਪਾਰਟੀ ਜਾਏਗੀ ਇਲੈਕਸ਼ਨ 'ਚ ਲੱਗੇ ਸੀ ਜੀ ਮੇਰੇ ਜੇ ਜਾਇਆ ਜੇ ਕੇਜਰੀਵਾਲ ਉੱਥੇ ਜਾਇਆ ਸ਼ਹੀਨ ਬਾਗ ਦਾ ਮਸਲਾ ਹੱਲ ਹੁੰਦਾ ਸੀ ਤਾਂ ਫਿਰ ਠੀਕ ਹੈ ਫਿਰ ਚਲੇ ਜਾਂਦੇ ਜਦੋਂ ਹੱਲ ਤਾਂ ਉਹਨੂੰ ਹੋਮ ਮਿਨਿਸਟਰ ਨੇ ਕਰਨਾ ਇਹਨਾਂ ਦੇ ਖਿਲਾਫ ਬੈਠੇ ਆ ਮੇਰਾ ਨਿੱਕਾ ਸਵਾਲ ਕਲਤਾਰ ਜੀ ਆਪਾਂ ਸਾਰੇ ਪੰਜਾਬੀ ਇਨਕਲੂਡਿੰਗ ਅਕਾਲੀ ਦਲ ਅਤੇ ਹੋਰ ਵੀ ਰੀਜਨਲ ਪਾਰਟੀਆਂ ਸੰਘੀ ਢਾਂਚੇ ਦੇ ਬਿਲਕੁਲ ਹੱਕ 'ਚ ਆ ਜ਼ਬਰਦਸਤ ਢੰਗ ਨਾਲ ਹੱਕ 'ਚ ਆ
है ना, तुसी भी हक च होगे मेरा ख्याल है, एज ए सिख भी होगे वैसे भी होगे, पर जो एक अटानमस स्टेट जिन्हों दूजे सूबे नालों भी ज़्यादा जेडे स्वायत्तता मिली हुई सी संघी ढांचे की, जानी एक वड्डी एक नमूना सी, जो उन्हें ढा ढेरी करके यूनियन टेरीटरी बनाती, क्यों नहीं मुँह खुलिया केजरीवाल समर्थन किया, सुन लो नहीं समर्थन किया, सुन लो तुम कदे किसी फौजी के अंतिम संस्कार से गए हो जिहड़ा पंजाब दे विच उत्थे मारिया गया किसी जेडे उत्थे लोका जेडे, मेरी गल सुनो तुसी, 70 साल तुहाडा 370 लग्या रहा है, हाई नैशनलिज्म आ, मैं गल सुनो, सही नैशनलिज्म आ तुहाडा, गल सुनो, बीजेपी कह रही है, बीजेपी कह 70 साल अच्छा आ गई ना, होई 70 साल नहीं गलत गल कर रहे हो तुसी, साडे भी फौजी साडे पे सुन लो यार, नहीं मेरी गल ता पूरी कर लो, आपा नु सुनना आर्गुमेंट तो सुनना चाहिए, मैं गल ता पूरी कर दूं, तुसी नहीं कह रहे हो, सुन लगे मैनु गल ता, बीजेपी भी आर्गुमेंट देंदी सानू पता है, मैनु गल सुन ली, एक बारी सुन ली है ना, मैनु गल ता पूरी कर लैंदे, हां बोलो बोलो गुरदार सुनो, तुहाडे उस मॉडल ने 370 वाले मॉडल ने तुहाडा की फायदा करता है दसो, जा कश्मीरियों का को फायदा करता है, तुसी अकाल तख्त दे जथेदार दे भी विरोधी हो, तो मेरी गल तो सुन लो तुसी, पंजाब दी लड़ाई फेडरलिज्म के खिलाफ उन्होंने ने जे ओना ने फायदा करता फेडरलिज्म की फायदा करता है, ओ यार लोकां दी राय नु नहीं उन्होंने कह ता तुसी उन्होंने ते कह दो यार, तुसी बोले जाओ, स्वराज का विचार लेके चले जी, लोगों की गल है, तुम कह रहे हो लोगों की गल का कोई फायदा नहीं होता, इस करके छोड़ दो, मैं एक छोटा ब्रेक ले लूंगा, थोड़ा रिलैक्स हो जाओ, एक छोटा ब्रेक लेने मैं आ रहा वापस, ब्रेक तो बाद वापस आ रहे हैं, असी नाल ये भी दस रहे हैं, तुम ग्राफिकली देख रहे हो सारा, पर जी आर्गूमेंट की पॉलिटिक्स है की है उसको समझना ज्यादा जरूरी है, ग्राफिक स्क्रीन पर चल रही है, दिल्ली तो बाहर आम आदमी पार्टी का की हाल रहा, कितने कितने जमानत जब्त हुई, हरियाणा महाराष्ट्र पंजाब कितने कितने जाके लड़े है, वह सब कुछ रिकॉर्ड चल रहा है, नाल दिल्ली दे विच भी MCD इलैक्शन में जां होर जिहड़ियां चोणां होईयां उहदे विच लोक सभा चोणां दे विच 7-0 दा रहा, वह सब कुछ भी तुसीं देख रहे हो, उसके बावजूद केजरीवाल उत्थे बंपर जित हासिल करदे आ, तीजी बार मुख्यमंत्री बनदे आ, इहो जिहे सवालां दे विचाले केजरीवाल नूं इहो जिहा क्यों प्रोजैक्ट किया जा रहा कि केजरीवाल मॉडल की गल हो रही है, क्योंकि हमेशा जो असी इत्थे गल कर रहे आम आदमी पार्टी इत्थे विचरदी आ, कहती है कि मॉडल तो चेहरे है जिहड़े वो सियासत डेमोक्रेसी का हिस्सा नहीं, डेमोक्रेसी तो महला सभावां ग्राम सभावां महला सभा चलदियां तो लोगों को पुछ के फैसले होंदे आ, ये आम आदमी की सियासत के विचाले मॉडल शब्द कित्थों आ गया, ब्रेक तो वापस आ रहा, अच्छा सवाल क्यों पूछ रहे हैं, सवाल असं यह पूछ रहे दिल्ली का केजरीवाल मॉडल देश की सियासत लिए कितना फिट है, बहस अपनी चल रही थी जिहड़े मुद्दे पर, एक मिनट गुरदार साहब मैंने कलेर साहब तो एक कमेंट लेने दो, कलेर साहब तुहानू भी इउं लगता कि अरविंद केजरीवाल जो भारत के प्रधानमंत्री नरेंद्र मोदी उन्होंने एजेंडे फॉलो करते पे, मैं सिर्फ ये गल कहूँगा कि केजरीवाल साहब सिर्फ एक मौका प्रस्ती की सियासत करते हैं और जिस हिसाब न जो चीज़ ठीक लगती है वो करते हैं, मेरा सीधा एक सवाल है मोदी साहब का जो मॉडल है वो केजरीवाल साहब के हिसाब से सही है तो तुहाडे हिसाब नाल भी सही है जिन्होंने केजरीवाल साहब फॉलो करते पे, मेरा सिर्फ तो सिर्फ श्रोमणी अकाली दल की एको गल है सरबत का भला तो डिवेलपमेंट जो असं पंजाब भी करते रहे हैं और गरीबों का भला जो सोशल स्कीम है, मैं फिर दोबारा मैंने दो मिनट दो बीजेपी छड़ के तुम्हें इसलिए बुलाया क्योंकि तुसी अपना स्टैंड स्पष्ट कर सको, साडा स्टैंड बिल्कुल स्पष्ट है और मैं फिर दोबारा गल कह कि एक केजरीवाल मॉडल की जी गल करते हो, केजरीवाल साहब का की ऐसा मॉडल है जिहड़ा कि कदे किसी होर स्टेट ने नहीं दिता, की उन्होंने सियासत च नवा किया ये भी साढ़े अगे रखा जाए, पंजाब चे मॉडल फिट हो सकता है, पंजाब दे विच उस मॉडल की कोई जगह नहीं क्योंकि कोई वो तो वध चीज़ा पंजाब चे बादल साहब की सरकार 10 साल कर चुकी है जिहड़ियां उत्थे वो करके दिखा रहे ने, मैं एक गल करदा फ्री बिजली पंजाब चे 97 तो मिल रही है किसानों नूं जिहड़ी उन्होंने हुण उत्थे कीती है, इंफ्रास्ट्रक्चर पंजाब दा तुसीं रोड नैटवर्किंग जो मर्जी कदे कंपैरिजन कर लो कि वो दिल्ली दे विच उहदे बराबर दा उन्होंने किया, सुविधा सेंटर जगह जगह पंजाब च पिंडां दे विच खोले गए, तुसी महला क्लीनिक की गल करते हो उरे सुविधा सेंटर खोले गए, सो ऐसी मैनू उन्होंने मॉडल च कोई ऐसी नवी चीज़ नहीं लगती और मैं फिर दोबारा कह दा कि दिल्ली और पंजाब ये दोनों स्टेटा दे विच दिन रात का फर्क है, एक एक थोड़ी हैगी है सरप्लस स्टेट हैगी जिथे इकनोमिक रिसोर्स वध ने, एक थोड़ी कैश डेफिसिट स्टेट हैगी है और उहदे विचों भी जे प्रकाश सिंह जी बादल की सरकार दे विच और जिथे हस्पतालां की गल करते हैं ਪੰਜਾਬ ਦੇ ਵਿੱਚ ਦੋ ਵੱਡੇ PGI ਤੇ AIIMS ਕੌਣ ਲੈ ਕੇ ਆਇਆ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਲੈ ਕੇ, ਸੋ ਕੋਈ ਐਸਾ ਮਾਡਲ ਨਹੀਂ ਹੈਗਾ ਜਿਹਨੂੰ ਤੁਸੀਂ ਲਿਆ ਕੇ ਪੰਜਾਬ ਦੇ ਵਿੱਚ ਦੇ ਕੇ ਵੋਟਾਂ ਲੈ ਲਓਗੇ, ਕਲੀਅਰ ਸਾਹਿਬ ਇਕਨੋਮਿਕ ਕ੍ਰਾਈਸਿਸ ਪੰਜਾਬ ਵਿੱਚ ਕਿੰਦੇ ਕਰਕੇ ਆਇਆ, ਕੇਰੀਵਲ ਕਰਕੇ ਆਇਆ, इकनोमिक क्राइसिस जे उत्थे इकनोमिक सरप्लस स्टेट है दिल्ली वो केजरीवाल करके है, नहीं मैं फिर दोबारा ये ये अगर आप पंजाब दा रूट कॉज नहीं देखांगे वो भी पंजाब नाल जाती है, पंजाब ने एक बहुत लंबा समा अतवाद का भी संताप हंडा है, अगर इकनोमिक क्राइसिस आया है केजरीवाल मॉडल फिट नहीं गा ना, पंजाब लई केजरीवाल मॉडल बिल्कुल फिट नहीं, उस तो वध चीजां पूरे पहले ही हो चुकी ने, देश लई भी की फिट है जी, एक इकनोमिक सरप्लस स्टेट दे विच तुसीं बसां दा किराया फ्री करता, कैमरे की मैं फिर दोबारा कह दिया कैमरा बड़ा जोर शोर नाल उसारिया गया, साढ़े
अकाली दल दे वेले क्यों नहीं लगे लुधियाने मेट्रोपोलिटन सिटी सारे किते कैमरे लगे ने सो कोई ऐसी नवी चीज तो दसो ना जिहड़ी उत्थे होई उरे नहीं होई गदर साहब केजरीवाल नूं इस तरीके नाल परिभाषित करके मिलदा केजरीवाल दी जिहड़ा पोलिटिकल करियर उहनूं खतम करन दी कोशिश तां नहीं कीती जा रही ਜਿਹੜਾ ਇਸ ਦੇਸ਼ ਦੇ ਸੰਵਿਧਾਨ ਨੂੰ ਦੇਸ਼ ਦੇ ਸੈਕੂਲਰਿਜ਼ਮ ਨੂੰ ਦੇਸ਼ ਦੇ ਆਈਡੀਆ ਨੂੰ ਭਾਰਤ ਦੇ ਆਈਡੀਆ ਨੂੰ ਬਚਾਉਣ ਵਾਸਤੇ ਨਹੀਂ ਖੜਾ ਹੁੰਦਾ ਉਹਨੂੰ ਸਵਾਲ ਕਰਨ ਜਿਹੜਾ ਉਹਦੇ 'ਤੇ ਅਟੈਕ ਕਰਦਾ ਉਹਨੂੰ ਪਹਿਲਾਂ ਸਵਾਲ ਕਰਨਾ ਜਿਹੜਾ ਉਹਦੇ ਨਾਲ ਬਚਾਉਣ ਵਾਸਤੇ ਖੜਾ ਨਹੀਂ ਹੁੰਦਾ ਉਹ 'ਤੇ ਸਵਾਲ ਕਰਨਾ ਇਹ ਇਸ ਦੇਸ਼ ਦੇ ਲੋਕਾਂ ਦੀ ਨਿਆਂ ਦੀ ਲੋਕਾਂ ਦੇ ਹਿੱਤ ਦੀ ਰਾਜਨੀਤੀ ਹੈ ਉਹ ਕਰਨੀ ਚਾਹੀਦੀ ਹੁਣ ਮੈਂ ਅਗਲੀ ਗੱਲ ਕਰਦਾ ਇਹਨਾਂ ਨੇ ਕਿਹਾ ਕਿ ਜੇ ਅਸੀਂ ਲੋਕ ਸਭਾ ਦੇ ਵਿੱਚ ਕਹਿਤਾ ਆਪਦਾ ਬਿਆਨ ਦੇਤਾ ਵੋਟ ਦੇਤਾ ਉਸ ਤੋਂ ਸੜਕਾਂ 'ਤੇ ਅਸੀਂ ਆ ਜਾਂਦੇ ਕੀ ਹੁੰਦਾ ਮੈਨੂੰ ਬਹੁਤ ਦੁੱਖ ਹੋ ਰਿਹਾ ਅੰਨਾ ਮੂਵਮੈਂਟ ਅੰਦੋਲਨ ਤੋਂ ਉਭਰੀ ਹੋਈ ਪਾਰਟੀ ਸੜਕਾਂ 'ਤੇ ਅੰਦੋਲਨ ਕਰਦੀ ਹੋਈ ਉਭਰੀ ਪਾਰਟੀ ਰਾਮਲੀਲਾ ਮੈਦਾਨ ਦੇ ਵਿੱਚ ਉਭਰੀ ਹੋਈ ਪਾਰਟੀ ਅੰਦੋਲਨ ਕਰਕੇ ਕਾਨੂੰਨ ਬਣਾਉਣ ਦੀ ਅਤੇ ਦੇਸ਼ ਨੂੰ ਸੁਧਾਰਨ ਦੀ ਗੱਲ ਕਰਨ ਵਾਲੀ ਪਾਰਟੀ ਅੱਜ ਇਹ ਕਹਿ ਰਹੀ ਹੈ ਜੀ ਪ੍ਰੋਟੈਸਟ 'ਚ ਚਲੇ ਜਾਂਦੇ ਕੀ ਹੁੰਦਾ ਇਸ ਤੋਂ ਜ਼ਿਆਦਾ ਖਤਰਨਾਕ ਗੱਲ ਕੀ ਹੋਏਗੀ ਇਹ ਦੇਸ਼ ਦੇ ਵਿੱਚ ਦੇਸ਼ ਦੇ ਲੋਕਾਂ ਦੇ ਪੋਲੀਟਿਸਾਈਜੇਸ਼ਨ ਜਿਹੜੀ ਰਾਜਨੀਤਿਕ ਸਮਝ ਦੀ ਚੇਤਨਾ ਦਾ ਵਿਕਾਸ ਹੋਣਾ ਤੇ ਜਿਹੜਾ ਰਾਜਨੀਤੀ ਦੇ ਵਿੱਚ ਸ਼ਾਮਿਲ ਹੋ ਕੇ ਦੇਸ਼ ਨੂੰ ਬਣਾਉਣ ਦੀ ਜਿਹੜੀ ਤੁਸੀਂ ਚਾਹੁੰਦੇ ਸੀ ਬੀਜੇਪੀ ਟ੍ਰੈਪ 'ਚ ਫਸ ਜਾਂਦੇ ਹੋ ਸਰ ਮੈਂ ਨਹੀਂ ਕਹਿ ਰਿਹਾ ਮੈਂ ਤਾਂ ਕਹਿ ਰਿਹਾ ਆਮ ਆਦਮੀ ਪਾਰਟੀ ਜਿਹਨੂੰ 53% ਵੋਟਾਂ ਆਈਆਂ ਨੇ ਉਹ ਜੇ ਬਿਲਕੁਲ ਪੋਜੀਸ਼ਨ ਲੈਂਦੀ ਤੇ ਹਾਰ ਜਾਂਦੀ ਤੇ ਘਰੇ ਬੈਠ ਜਾਂਦੀ ਉਹ ਟ੍ਰੈਪ 'ਚ ਜਾ ਕੇ ਨਾ ਉਹ ਤਾਂ ਤੁਹਾਨੂੰ ਦੇਰ ਸਵੇਰ ਜੇ ਪੋਜੀਸ਼ਨ ਨਹੀਂ ਲਓਗੇ ਤਾਂ ਬੈਠ ਹੀ ਜਾਣਾ ਚਾਹੀਦਾ ਬਟ ਜੇ ਪੋਜੀਸ਼ਨ ਲੈਂਦੇ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਜਿੱਤਦੀ ਤੇ ਬੀਜੇਪੀ ਦੀ ਇਸ ਰਾਜਨੀਤੀ ਨੂੰ ਠੱਲ ਪੈਂਦੀ ਮੈਂ ਦੂਜੀ ਗੱਲ ਮੈਂ ਸਰ ਗੱਲ ਪੂਰੀ ਕਰਦੇ ਹੁਣ ਤੁਸੀਂ ਦੇਖੋ ਥਾਂ ਬਦਲਦੀ ਹੈ ਤੇ ਕਿਵੇਂ ਬਦਲਦੇ ਨੇ ਵਿਚਾਰ ਪੰਜਾਬ ਦੇ ਵਿੱਚ ਤੁਸੀਂ ਕਹਿੰਦੇ ਹੋ ਅਸੀਂ CAA ਦੇ ਖਿਲਾਫ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਖਿਲਾਫ ਅੰਦੋਲਨ ਕਰ ਰਹੇ ਹਾਂ ਦਿੱਲੀ 'ਚ ਤੁਸੀਂ ਕਹਿੰਦੇ ਹੋ ਹਾਰ ਜਾਂਦੇ ਇਹ ਕੀ ਹਿਸਾਬ ਹੈ ਪ੍ਰੋਟੈਸਟ ਤੁਸੀਂ ਸੱਚੀ ਨਹੀਂ ਬੋਲਣਾ ਚਾਹੁੰਦੇ ਤੁਸੀਂ SYL ਦੇ ਉੱਤੇ ਕੀ ਕਰਦੇ ਹੋ ਪੰਜਾਬ ਦੇ 'ਚ ਇੱਕ ਗੱਲ ਦਿੱਲੀ ਦੂਜੀ ਗੱਲ ਹਰਿਆਣਾ ਤੀਜੀ ਗੱਲ ਤੀਜਾ ਤੁਸੀਂ ਇਹ ਵੀ ਗੱਲ ਕਰ ਰਹੇ ਹੋ ਕਿ ਹੁਣ ਪੰਜਾਬ 'ਚ ਕੀ ਹੋਏਗਾ ਮੈਂ ਫਿਰ ਪੁੱਛਣਾ ਚਾਹੁੰਦਾ ਪਰਾਲੀ ਪੰਜਾਬ ਦੇ ਕਿਸਾਨ ਜਲਾਉਂਦੇ ਨੇ ਇਸ ਕਰਕੇ ਦਿੱਲੀ 'ਚ ਧੂੰਆਂ ਹੋ ਜਾਂਦਾ ਹੈ ਇਹ ਕਹਿਣ ਵਾਲੇ ਪੰਜਾਬ ਦੇ ਲੋਕਾਂ ਦੇ ਕਿਸਾਨ ਨੂੰ ਆ ਕੇ ਜਵਾਬ ਕਿਵੇਂ ਦੇਣਗੇ ਬਿਗ ਕੁਐਸਚਨ ਹੈ ਇਹ ਸਵਾਲਾਂ ਦੇ ਜਵਾਬ ਵੀ ਪੰਜਾਬ ਦੇ ਬੜਾ ਮੋਟਾ ਖੁਦਾ ਸੁਣੋ ਤੁਸੀਂ ਪੰਜਾਬ ਦੇ ਵਿੱਚ ਬਹੁਤ ਸਾਲਾਂ ਤੋਂ ਵਿਚਰਦੇ ਪਏ ਹੋ ਸਿਆਸਤ ਚੋਣ ਤੋਂ ਪਹਿਲਾਂ ਵੀ ਕਿਉਂਕਿ ਤੁਹਾਡਾ ਪਰਿਵਾਰਕ ਪਿਛੋਕੜ ਵੀ ਸਿਆਸੀ ਹੈਗਾ ਕੁਤਾਲ ਸੰਧਵਾ ਪੰਜਾਬ ਦੇ ਸਿਆਸਤ ਦੇ ਵਿੱਚ ਤਾਂ ਹਨੂੰਮਾਨ ਚਾਲੀਸਾ ਜੈ ਸ਼੍ਰੀ ਰਾਮ ਇਹ ਨਾਅਰੇ ਨਹੀਂ ਚੱਲਣਗੇ ਦੇਸ਼ ਭਗਤੀ ਦਾ ਪਾਠ ਵੀ ਨਹੀਂ ਇੱਥੇ ਚੱਲੇਗਾ ਕਿਉਂਕਿ ਤੁਸੀਂ ਬਾਰਡਰ ਇਲਾਕੇ ਦੇ ਨੇੜੇ ਰਹਿਣ ਵਾਲੇ ਹੋ ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਦੇਸ਼ ਭਗਤੀ ਦੀ ਜਾਂ ਅਖੌਤੀ ਰਾਸ਼ਟਰਵਾਦ ਦੀ ਗੱਲ ਜੇ ਹੋਊਗੀ ਤਾਂ ਪੰਜਾਬੀਆਂ ਨੂੰ ਐਂ ਲੱਗੂਗਾ ਸਾਨੂੰ ਤਾਨਾ ਮਾਰਿਆ ਜਾ ਰਿਹਾ ਕੁਤਾਲ ਸੰਧਵਾ ਬਿਲਕੁਲ ਇਹੋ ਜਿਹੀ ਸਿਆਸਤ ਇੱਥੇ ਤਾਂ ਚੱਲਣੀ ਨਹੀਂ ਗੀ ਬਿਲਕੁਲ ਇਹ ਗਲਤ ਨੈਰੇਟਿਵ ਹੈ ਪੰਜਾਬੀਆਂ ਨਾਲੋਂ ਸਿੱਖਾਂ ਨਾਲੋਂ ਵੱਧ ਦੇਸ਼ ਭਗਤ ਕੋਈ ਨਹੀਂ ਸਿੱਖਾਂ ਨਾਲੋਂ ਵੱਧ ਕੁਰਬਾਨੀਆਂ ਕਿਸੇ ਨੇ ਨਹੀਂ ਦਿੱਤੀਆਂ ਔਰ ਸਿੱਖ ਕਦੇ ਵੀ ਨਹੀਂ ਚਾਹੁੰਦਾ ਵੀ ਜਿਹੜਾ ਹਿੰਦੂ ਆ ਉਹ ਆਪਦੇ ਕਿਸੇ ਇਸ਼ਟ ਦੀ ਪੂਜਾ ਨਾ ਕਰੇ ਅਸੀਂ ਕਦੇ ਕਿਸੇ ਨੂੰ ਰੋਕਿਆ ਨਹੀਂ ਹੈ ਨਾ ਹੀ ਰੋਕਣ ਦੀ ਕੋਈ ਰਾਜਨੀਤੀ ਹੈ ਪੰਜਾਬ ਦੇ ਵਿੱਚ ਇਹ ਗਲਤ ਨੈਰੇਟਿਵ ਹੈ ਜੇ ਕਿਸੇ ਨੇ ਜੇ ਕੋਈ ਹਨੂੰਮਾਨ ਦਾ ਭਗਤ ਉਹਨੇ ਹਨੂੰਮਾਨ ਦਾ ਨਾਂ ਲੈ ਲਿਆ ਤਾਂ ਫਿਰ ਕੀ ਮਾੜੀ ਗੱਲ ਹੋਗੀ ਲੈਣਾ ਚਾਹੀਦਾ ਉਹਨੂੰ ਜੇ ਕੋਈ ਨਮਾਜ਼ ਪੜ੍ਹਦਾ ਉਹਦੇ ਹੱਥ ਉਹਦਾ ਉਸ ਤਰ੍ਹਾਂ ਦਾ ਮਾਹੌਲ ਹੋਣਾ ਚਾਹੀਦਾ ਔਰ ਜਿਹੜੀ ਗੱਲ ਇਹਦਾ ਮਤਲਬ ਤੁਸੀਂ ਇਹ ਮੰਨਦੇ ਪਏ ਹੋ ਖੁਦ ਕਿ ਪੰਜਾਬ ਵਿੱਚ ਕੇਜਰੀਵਾਲ ਮਾਡਲ ਫਿੱਟ ਨਹੀਂ ਹੈਗਾ ਬਿਲਕੁਲ ਫਿੱਟ ਹੈ ਜੀ ਕਿਉਂ ਨਹੀਂ ਫਿੱਟ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਕੀ ਹੈ ਤੁਸੀਂ ਦੱਸੋ ਪੰਜਾਬ ਦੇ ਲੋਕਾਂ ਨੂੰ ਵਧੀਆ ਐਜੂਕੇਸ਼ਨ ਚਾਹੀਦੀ ਸਸਤੀ ਐਜੂਕੇਸ਼ਨ ਚਾਹੀਦੀ ਹੈ ਸਸਤਾ ਇਲਾਜ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਫਾਰਮੂਲਾ ਦੱਸੋ ਦੋ ਬੱਸਾਂ ਤੋਂ 1000 ਬੱਸਾਂ ਕਿਵੇਂ ਬਣੀਆਂ ਇੱਕ ਇੱਕ ਪਰਿਵਾਰ ਦੀਆਂ ਜੇ ਪਰਿਵਾਰ ਦਾ ਖਜ਼ਾਨਾ ਖਾਲੀ ਹੈ ਤੇ ਇੱਕ ਪਰਿਵਾਰ ਦਾ ਖਜ਼ਾਨਾ ਕਿਵੇਂ ਭਰ ਗਿਆ ਇਹ ਸਾਰੀਆਂ ਗੱਲਾਂ ਪੁੱਛਣਗੇ ਪੰਜਾਬ ਦੇ ਲੋਕ ਤੁਸੀਂ ਇਸ ਸਟੈਂਡ ਤੇ ਕਾਇਮ ਰਹੋਗੇ ਕਿਉਂਕਿ ਤੁਸੀਂ ਮਜੀਠੀ ਵਾਲੇ ਕੇਸ ਦੇ ਵਿੱਚ ਪਿੱਛੇ ਹਟ ਗਏ ਸੀ ਬਿਲਕੁਲ ਅਸੀਂ ਕਾਇਮ ਹੈ ਸੰਜੇ ਸਿੰਘ ਉਹਨਾਂ ਨਾਲ ਲੜ ਰਿਹਾ ਕੇਸ ਲੜ ਰਿਹਾ ਸੰਜੇ ਸਿੰਘ ਕੋਈ ਇਹ ਗੱਲਾਂ ਨਹੀਂ ਹੈ ਇਹ ਤਾਂ ਸਿਰਫ ਗੱਲਾਂ ਕਰਨੀਆਂ ਗੱਲਾਂ ਤੁਸੀਂ ਕਰਦੇ ਕੀ ਹੋ ਅਸਲ ਕਰੈਕਟਰ ਤੁਹਾਡਾ ਉੱਥੋਂ ਪਤਾ ਲੱਗਦਾ ਹੈ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਤੇ ਕਹਿੰਦੇ ਸਾਡੀਆਂ ਬੱਸਾਂ ਤੁਸੀਂ ਰੋਕਦੇ ਹੋ ਲੈਟ ਮੀ ਕਮ ਪ੍ਰਾਈਵੇਟ ਬੱਸਾਂ ਚੱਲਣ ਦਿੱਤੇ ਬਿਲਕੁਲ ਨਹੀਂ ਉਹ ਪੰਜਾਬ ਸਰਕਾਰ ਦਾ ਤੁਸੀਂ ਉੱਥੇ ਵਿਧਾਨ ਸਭਾ ਚ ਬੈਠੇ ਹੋ ਗੁਰਦਾਸ ਸੰਧਵਾ ਤੁਹਾਡੇ ਸਾਹਮਣੇ ਗੱਲਾਂ ਹੋ ਰਹੀਆਂ ਇਹ ਜਿਹੜਾ ਸੈਂਟਰ ਦਾ ਕੰਟਰੋਲਡ LG ਹੈ LG ਕੋਲੇ ਉਹਦਾ ਕੰਟਰੋਲ ਹੈ ਠੀਕ ਹੈ ਜੀ LG ਨੇ ਬੱਸਾਂ ਰੋਕੀਆਂ ਦਿੱਲੀ ਸਰਕਾਰ ਦਾ ਉਹਦੇ ਵਿੱਚ ਕੋਈ ਹੱਥ ਨਹੀਂ ਹੈ ਇਹ ਸਿਰਫ ਪ੍ਰੋਪੇਗੰਡਾ ਹੈ ਔਰ ਜੇ ਇੱਕ ਮੁੱਖ ਮੰਤਰੀ ਦਿੱਲੀ ਦਾ ਜਿਹੜਾ ਬਜਟ ਹੈ ਉਹ 30,000 ਕਰੋੜ ਤੋਂ 5 ਸਾਲਾਂ 65,000 ਕਰੋੜ 'ਚ ਲੈ ਜਾਂਦਾ ਅਤੇ ਇੱਕ ਮੁੱਖ ਮੰਤਰੀ ਜਿਹੜਾ ਆਪਦੀ ਜਾਇਦਾਦ ਵੱਧ ਜਾਂਦੀ ਹੈ 10 ਸਾਲ ਉਹ ਰਾਜ ਕਰਦਾ ਲਗਾਤਾਰ ਤੇ ਪੰਜਾਬ ਦਾ ਕਰਜ਼ਾ ਤਿੱਗਣਾ ਹੋ ਜਾਂਦਾ ਉਹਦੇ ਨਾਲ ਮਾੜਾ ਬੰਦਾ ਕੌਣ ਹੋ ਸਕਦਾ ਮੈਂ KPG ਇੱਕ ਗੱਲ ਐਡ ਕਰਨਾ ਮੈਂ ਗੱਲ KPG ਇੱਕ ਐਡ ਕਰਨੀ ਚਾਹੁੰਦਾ ਮੈਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇਣ ਸੰਧਵਾ ਸਾਹਿਬ ਬੜੇ ਸੂਝਵਾਨ ਬੰਦੇ ਨੇ ਇਹਨਾਂ ਨੂੰ ਹੁਣ ਦਿੱਲੀ ਤੋਂ ਬਾਅਦ ਇੱਕਦਮ ਪੰਜਾਬ ਦੀ ਯਾਦ ਆਈ ਮੈਨੂੰ ਇਹ ਗੱਲ ਦੱਸਣ ਕਿ 2017 ਦੇ ਵਿੱਚ ਉਰੇ 20 ਸੀਟਾਂ ਆਈਆਂ ਆਮ ਆਦਮੀ ਪਾਰਟੀ ਨੂੰ ਇਹ ਓਪੋਜੀਸ਼ਨ ਦੇ ਵਿੱਚ ਬੈਠੇ ਓਪੋਜੀਸ਼ਨ ਦੇ ਲੀਡਰ ਬਣੇ 17 ਤੋਂ ਲੈ ਕੇ 20 ਤੱਕ ਕੇਜਰੀਵਾਲ ਸਾਹਿਬ ਇੱਕ ਵਾਰ ਵੀ ਪੰਜਾਬ 'ਚ ਆਏ ਪੰਜਾਬ ਦੇ ਬੜੀਆਂ ਸਮੱਸਿਆਵਾਂ ਸੀ ਬੜੇ ਮੁੱਦੇ ਸੀ ਬਹੁਤ ਵਾਰੀ ਇਹਨਾਂ ਨੇ ਕਿੱਦਣ ਆ ਕੇ ਉਰੇ ਕਿਸੇ ਦਾ ਹਾ ਦਾ ਨਾਰਾ ਮਾਰਿਆ ਔਰ ਸਭ ਤੋਂ ਵੱਡਾ 550 ਸਾਲਾ ਸੁਲਤਾਨਪੁਰ ਲੋਧੀ ਆ ਉਹਦੇ ਵਿੱਚ ਇਹਨਾਂ ਦਾ ਕੀ ਯੋਗਦਾਨ ਹੈ ਉਹ ਵੀ ਦੱਸਣ
लिखती माफी क्यों मंगी के जी साडे तो गलत नाम लिया गया केजरीवाल साहब ने मजीठिया साहब तो लिखती माफी क्यों मंगी पर ना दंदे यार केड़े ग्रंथी लिखा माफी मंगनी माड़ी गल फिर तुसी फिर गलत गल कौन कहंदे क्यों गलत गल सत्ता दे पिंडी की रे यार सी नहीं नहीं फिर गलत गल कहंदे क्यों सत्ता दे पिंडी की रे यार सी मजीठिया दे यार सी तुसी माफी मंगी ना तुसी दसो नहीं नहीं सत्ता दे पिंडी मैं कहना प्रूव करो मैं प्रूव कर दे थोड़ा थोड़ा केजरीवाल साहब माफी मांग के चले गए एदा कैप्टन अमरिंदर सिंह किते ओ चट्टोपाड़ा दे रिपोर्ट खिला लैण कूड़ प्रचार किया गया और इंडोर्स किया जो इन्होंने माफी मंगी के साथ कोई सवाल यह है कि दिल्ली केजरीवाल ने बार बार यह प्रचार किया कि बीजेपी वाले आपका मुख्यमंत्री चेहरा दे दो जो उन्होंने तो पंजाब का सवाल किया जाता दो तीन मीडिया परसन ने सवाल किया ज़्यादा ने किया नहीं गा शायद पंजाब की पॉलिटिक्स में ज़्यादा नैशनल मीडिया तरजीह नहीं देना चाहता सगा पर पंजाब केजरीवाल साहब कोई चेहरा नहीं देंगे मेरा एक सवाल यह है कि मुख्यमंत्री फेस कि होना चाहिए दूजा सवाल मेरा यह है कि जोड़ा पाब वैक्यूम अच्छ भी है तीजे बदल के लिए वैक्यूम अच्छ भी है आम आदमी पार्टी उस वैक्यूम को समझने नाकामयाब है चलो ये तो गल ठीक ही है कि वो नहीं वैक्यूम तो हैगा आ पर इन्होंने ये गल ठीक है कि 2017 तो बाद जो लगातार मूवमेंट के रेंदे ये सिर्फ तो सिर्फ बैठ के इलैक्शन दियाँ जे दिल्ली दियाँ चोणों की वेट कर रहे थे कि जे उ चंगे तगड़े तौर पर आता तो फिर साढ़े इतने जोश मिलेगा फिर असी उस गुड्डी चढ़ाने गांह फिर कोशिशां करांगे तो उही शुरू हो गया पर मैनूं लगदा लोकां नूं लोक एडे बेवकूफ नहीं है लोकां दे विच जो तीन साल ही की होया उह गल जो लोक कोई सवाल तो जरूर करनगे एक नहीं नहीं चलो चलो जो लोकां दी जिस पिच ते 2017 तक सीगी सारी मूवमेंट वो कित्थे कित्थे के गई वो तो चलो एक गल हैगी जिहड़ी सब तो इंपोर्टेंट गल इन्होंने कही हैगी कि जिहड़े सिख जिहड़े बड़े कुर्बानियां वाले आ बड़े देशभगत आ असीं कदों कहा कि देशभगत नहीं है असीं तो कह रहे हैं कि राष्ट्रवाद का एजेंडा वो किड्डा खतरनाक हुंदा इन्हां हालातों दे विच राष्ट्रवाद बिल्कुल बिल्कुल उस नूं तुसीं अगे ना लैके आए हो उस गल तो असीं कह रहे सीगे दूजी गल सानू पंजाब दे अंदर किसे मॉडल की लोड़ नहीं सानू पंजाबी मॉडल की लोड़ है और साडा एक बिल्कुल अलग इतिहास हैगा अलग साडे मसले है पंजाबी मॉडल तां ही वेखदे रहे हो बिल्कुल हां तो फिर तुसी पूछ फड़ के पार लग जाओगे नहीं ना तुसी दो बारी को एक मिनट फिर संधवा साहब को खुदमुख्तियारी लड़ाई भी तुहानू छड्ड देनी चाहिए उत्थे जाके पूजा करो जाके केजरीवाल दी माला फड़ के इस तरह नहीं है जे ताडे अपने मसले है सानू अपने अंदरों अपने मसलियां दे आप हल करने पैणगे केजरीवाल जी आऊगा तो अपना पहला जो आए 2017 च की कीता इथे टिकटां वेचियां कि नहीं वेचियां होर सारा कुछ होया कि नहीं होया ऐतकी फिर उसे तरह होगा जिन्हों टिकट नहीं मिलदी ओह कहिंदा वेचियां चलो चलो एक कमाल दी गल है जी ए गल्लां करन वालियां एक छोटा जिहा ब्रेक ले एक बंदा कहिंदा भी राजनीति ईमानदारी नाल होनी चाहिए उहनूं कोई तुसीं कहिंदे एक्सेप्ट नहीं तुहानूं कैप्टन अमरिंदर वाली राजनीति चाहिए तुहानूं बादल वाली राजनीति चाहिए कोई नहीं चाहिए बिल्कुल नहीं चाहिए असीं कह रहे आ ओह कहिंदा ठीक करदा कि उल्टा ठीक असीं कह रहे एक छोटा जिहा ब्रेक तुसीं जाणदे हो छोटा मैं ब्रेक लै लूंगा अज ब्रेक नहीं लैंदे पे मैनूं पता नहीं की गल आम आदमी पार्टी वेख के तो पता नहीं सारे पै जाते हैं एक छोटा जिहा ब्रेक लैने ब्रेक तो वापस आवांगे जो केजरीवाल का सवाल आता कि बाकी पार्टियां क्यों केजरीवाल इन्ने सवाल खड़ा कर दें केजरीवाल तो उम्मीदा ज़्यादा जां केजरीवाल उन्हां उम्मीदां ते खरा उतर नहीं पा रहे वो केजरीवाल जिहड़े जन लोकपाल की गल करते जिहड़े भ्रिष्टाचार के खिलाफ लड़न की गल करते केजरीवाल ने उत्थे आपका मॉडल क्यों छड़ दिता जिहड़ा स्वराज का मॉडल केजरीवाल लैके आना चाहते थे जो अन्ना हजारे अंदोलन में खड़ा होया मॉडल केजरीवाल का कित्थे गया उस मॉडल से सवाल क्यों नहीं हो रहे ये मॉडल के विचाले जिहड़े यूथ की गल हुंदी जिहड़े यूथ उत्थे बैनर चक के तुरे फिरदे सी अंदोलनों के उस यूथ की गल क्यों नहीं हो रही ब्रेक तो वापस आके सारे सवाल होणगे जरूर देश में कित्थों तक केजरीवाल सवाल क्यों पूछ रहे हैं दिल्ली का केजरीवाल माड़ा देश की सियासत लिए कितना फिट है गुरदार साहब तुम बड़े सालों तो डिबेट में आने जिन्ना विरोध तुम नरेंद्र मोदी का करते हो जिनी उच्ची आवाज़ के उन्नी उच्ची आवाज़ के केजरीवाल का करते हो फर्क की है फर्क हैगा हाँ मैं कहना मैं तुहाडे चैनल पर पिछली डिबेट के भी कहा सी हाँ। मोदी शाह संघ RSS ये पॉलिटिक्स करते हैं समाज के धर्म की पार्ट राजनीति स्थापित करके नफरत फैलाने की समाज में बंडन की क्लीयर कट एजेंडा लेके करते हैं मैं कहा कि अरविंद केजरीवाल ये है जो ये करना पवे वोटों वास्ते तो यह भी कर दूगा जो उन्होंने कितने चुप रहना पवे चुप भी रह जूगा इस करके मैं कहना तुम दाम मौका प्रस्त कह रहे हो केजरीवाल
बिल्कुल मैं कह रहा अवसरवादी है चोण की राजनीति जितने वास्ते किसी तरह की भी अवसरवाद का सहारा ले सकते हैं मैं डबल स्पीक दसे तो इस करके मैं कह रहा मैं जी गल कर रहा बार बार जिमें जिन्होंने फैडरलिज्म इन्होंने कहा एक मेरे मेरे वास्ते स्वराज भी फैडरलिज्म का विस्तार ही है उसी का हिस्सा है जिहड़ा अंदोलन है जिहड़ा प्रोटेस्ट है जिहड़ा डिसेंट है जिहड़ा देश के संविधान नूं बचाण दी जिहड़ी लड़ाई है बीजेपी तो इस तरह की ताकतों तो असी उस ताकतों के खिलाफ बोलना बंद करके जो राजनीति करना चाहते हैं इस देश में वो राजनीति सिखाना चाहते हैं जिहड़ा इन्हां दी खतरनाक ताकतों बीजेपी वर्गियां नूं सामने खड़े होकर जवाब ना देण मैं उस राजनीति का विरोध करदा मैं कहिंदा इह राजनीति होनी चाहीदी है बुधर साहब थोड़ा ऐड ऑन कर लैंदो हुण अरविंद केजरीवाल ने चोणां जित लईआं तीजी वारी मुख्यमंत्री बणे सवाल यह है हुण अरविंद केजरीवाल उस तरीके विरोध जिता सकते जिहड़ा पहला नहीं जिता सके चोणां जितनियां सीगियां चोण रणनीति का हिस्सा भी हो सकता हुण विरोध जिता सकते हैं हुण शहीन बाग के नाल जाके खड़े हो सकते हैं हुण वो उस तरीके जिहड़ियां तुसीं कहिंदे हो कि जिस तरीके राष्ट्रवाद का एजेंडा फैलाया उसका विरोध कर सकते नहीं कर सकते सर ये जिहड़ा है ना विरोध करना यह ताकत तुहाडे अंदरों आउंदी है अवसरवाद भी अंदरों आता है जिहड़े बंदे दे विच वोटां करके सच बोलने का विचार आ जाता है कि वोटां करके सच नहीं बोलना उन्होंने अंदरों पाला खाता है तो बाद भी नहीं बोलता वो तो कहते मैं शुगर का मरीज हाँ मैं धरने पर बैठा रहा कुछ खाता नहीं पीता नहीं मैं किन्ने दिन सर इस करके जितने तो बाद रिजल्ट आने तो बाद भी शाहीन बाग की गल नहीं हुई है हाँ। गार्गी कॉलेज के कुड़ियों जो हो गल नहीं हुई है हाँ। जामिया जेएनयू की होया गल नहीं हो रही है सीएए के खिलाफ प्रोटेस्ट में शामिल नहीं हो रहे हैं अरविंद केजरीवाल जी पॉलिटिक्स पहला की है चोणां जितने बाद मुख्यमंत्री बनने बाद भी पॉलिटिक्स नहीं कर रहे हैं दूजा की कर रहे हैं एक पासे बीजेपी राष्ट्रवाद एक तरह का हिंदू राष्ट्रवाद की गल कर रही है जिस तरह का राष्ट्रवाद की गल करते हैं कहते हैं यह राष्ट्रवाद से उन्होंने कब्जा नहीं असं तो कट्टर राष्ट्रवादी हाँ जो तुम कट्टर राष्ट्रवादी कहने हो भारत के संविधान देश का जो विचार है वह सारे तहस नहस करके एक तरह का समाज बनाने की गल है यह जो विचार है कट्टर राष्ट्रवाद का यह प्रॉब्लमेटिक है फिर दूजा एक होर गल संधा साहब ने कही कि कोई जय बजरंग बली बोलता उसकी दिक्कत की है हो सकता कोई कहे जय श्री राम की दिक्कत है यह सारे शब्द जिम्मे इन्होंने कहा भारत माता की जय मैंने तो कोई दिक्कत नहीं लगती पर मैं दिक्कत लगती है जो पॉलिटिक्स का हिस्सा बनाया जाता है पॉलिटिक्स खिंच के लिया जाता है वोट की पॉलिटिक्स नाते की जाती है उदो प्रॉब्लमेटिक है जी गल पंजाब की तुम कर रहे थी कि उत्थे शुरू हो गया माल जिन्होंने कहा पर विचित्र गल है पंजाब गौर नाल वेखियो जिहड़े लोग पिछले चोण तो बाद 2014 तो बाद 15 तो बाद पंजाब दे चलो आए सी नहीं आ रहे वापस आउणगे नहीं आ रहे नहीं आउणगे जे पिछे जिवें दिल्ली दे विच दूजी पार्टियां तो लोगों को टिकटां मिलियां वह वेख के बाकी पार्टियां कांग्रेस अकाली दल दे उसे तरह की करप्शन दे डुबे रहे बंदे ही अप्रोच कर रहे होणगे तुसीं वेख लिओ टिकटां विकण दी गल इन्हां नूं कि जिन्हां नहीं टिकटां मिलियां वह कहिंदे ने पंजाब दिल्ली से टिकटां मिलियां पैसे लैके दित्तियां गईयां मैंने तो टिकट नहीं चाहिए सी आम आदमी पार्टी की मनजीत जी भी नहीं चाहिए सी कि इस करके असीं कह रहे असीं टिकटां नहीं मिलियां ता कह रहे आ संधवा साहब भी जाणदे ने संधवा साहब भी जाणदे ने होया जे आपां बिहार उत्तर प्रदेश पंजाब हरियाणा महाराष्ट्र क्योंकि रालेगन सिद्धी अन्ना हजारे का भी इलाका हैगा तुसीं उत्थे भी जाए पहला सारे तुहानूं किहड़ा किहड़ा इलाका पसंद है कि जिथे अरविंद केजरीवाल की छाप छड्डी जाए देखो जी ईमानदार राजनीति होनी चाहिए देश सानू सारा देश पसंद है ईमानदारी नाल सारे बंदे पंजाबी पंजाब च काम करन राजस्थान वाले राजस्थान च काम करन हरियाणे वाले हरियाणे च काम करन साडा देश वधिया बण जाएगा इत्थे इत्थे मुख्यमंत्री दा चेहरा किहड़ा होना चाहिए फिर मॉडल पंजाब दो साल पए है जी आ जाएगा नहीं अरविंद पंजाब तो आएगा नहीं बिल्कुल नहीं अरविंद केजरीवाल दिल्ली च रहेंगे अच्छा भगवंत मान होंगे भगवंत पार्टी जो हो सकते साडे प्रधान ने हो सकते कुलतार सिंह संधवा हो सकते कुलतार सिंह संधवा सेवा करनगे जी भावें मैनूं झाड़ू मारन ते ला लो आपां झाड़ू मारी जावांगे जी झाड़ू भी मराऊ झाड़ू भी मारा पार्टी पिछे अच्छा मैं जिन्होंने इच्छावां जताईयां सारे पार्टी चो आउट होंगे जे बंदा कुर्सी लई आया मुख्यमंत्री बन लिया फिर पई है कांग्रेस फिर पई है अकाली दल फिर पया बीजेपी जिहड़ी जिहड़ी असली गल है ना पोलीटिकल साइंस दे विच इस किस्म की राजनीति नूं ते लीडरां नूं कहिंदे पापुलिस्ट लीडर कि जिहड़ा लोकां नूं जिथे ज़्यादा प्रभावित करे जां जिहनूं किवें वोटां करनियां किवें उन्हां नूं अपने नाल जोड़ना उस किस्म के नारे मारी जाने आ उदों अगे होर कोई किसे किस्म की गल नहीं इह पापुलिस्ट लीडर आ इक मिंट स्वराज दे नां ते थोड़ा ऐड ऑन कर लैंदो दुर्गेश पाठक संजय सिंह हरियाणा ने इत्थे काम किया मनीष सोदिया भी इंचार्ज रहे इत्थों दे सवाल यह है दुर्गेश पाठक उत्थे हार गए सो सोदिया साहब जित गए दुर्गेश पाठक का कितने जिक्र नहीं हो रहा
बिल्कुल बहुत प्यार दुर्गेश पाठक कैंपेन करके गए और जेड़े इलाके चे खड़े दुर्गेश पाठक होरी तुसी देखो जिथे इथे बीजेपी जीती है जमुना पार का इलाका जिथे वैस्टर्न जिथे यूपी दे उस हलके जिथे मुसलमान कलैश रहा हिंदुआ का वो लोग माइग्रेट करके उत्थे आए आ उत्थे इह जिहड़ा अच्छा जिहड़ी शाहीन बाग एक शाहीन बाग सी जिहड़े इन्हां दे हलके इन्हां दे विच भी उस तरह का जिहड़ा प्रोटेस्ट हो रहा सी उत्थे लोकां नूं आरएसएस दे लोकां ने घर घर जाके कहा भी जे बंदे जित गए फिर उत्थे सिर्फ पोलराइजेशन करके होया 25,000 थले सी 7,000 ते हारिया बड़े वधिया फाइट दित्ती दुर्गेश पाठक ने बिल्कुल पोलराइजेशन होई है जी उत्थे हिंदुस्तान फालतू गल जो आम आदमी पार्टी बनी कांग्रेस अकाली बीजेपी कहती सी तुहाड़ी औकात की है ਹੁਣ ਇਹ ਉਹੀ ਸਵਾਲ ਕਰਨ ਲੱਗ ਪਏ ਨੇ ਕਾਂਗਰਸੀ ਕੌਣ ਹੋ ਗਿਆ ਅਕਾਲੀ ਦੇ ਬੀਜੇਪੀ ਵਾਂਗੂ ਕੌਣ ਹੋ ਗਿਆ ਇਸ ਅੰਦਾਜ਼ਾ ਲਾ ਕਲੀਅਰ ਕਲੀਅਰ ਸਰ ਮੈਂ ਤੁਹਾਨੂੰ ਇੱਕ ਆਂਕੜਾ ਦੇ ਰਿਹਾ ਸਰ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਵੋਟ 2015 ਤੋਂ ਕਰੀਬ 1% ਘਟੀ ਠੀਕ ਹੈ ਸਭ ਤੋਂ ਵੱਧ ਜਿੰਨਾ ਦੋ ਬੰਦਿਆਂ ਦੀ ਵੋਟਾਂ ਘਟੀਆਂ ਕੰਮ ਕਰਨ ਦੀ ਜੇ ਆਪਾਂ ਗੱਲ ਕਰੀਏ ਤਾਂ ਇਸ ਕਰਕੇ ਦਿੱਲੀ ਦੇ ਇਲੈਕਸ਼ਨ ਦੇ ਅੱਜ ਇੰਡੀਅਨ ਐਕਸਪ੍ਰੈਸ ਨੇ ਇੱਕ ਸਰਵੇ ਛਾਪਿਆ ਸੀ ਮੈਂ ਪੜਿਆ ਸਰ ਪੜਿਆ ਮੈਂ ਸਰ 3.4% ਕੁਝ ਅਰਵਿੰਦ ਕੇਜਰੀਵਾਲ ਦੀ ਵੋਟ ਘਟੀ मैनेज किया सामने पे अंदाजा ला सकते हो दर्शकों मैं कह रहा कलेर साहब एक मैं आखिरी सवाल तुम करना चाहना तुम भी लगता कि आम आदमी पार्टी ने उत्थे धर्म की राजनीति की देखो जी बिल्कुल मैं फिर उस गल ते आ जाना कि अगर उत्थे दिल्ली दी पॉलिटिक्स दे विच इस वारी चाहे वह कोई भी पार्टी होवे चाहे बीजेपी के दो MP ने स्टेटमेंट दी और किते ना किते केजरीवाल साहब भी उस स्टैंड दे उत्थे रहे मैं फिर दोबारा कहना कि दिल्ली का कोई ऐसा मॉडल नहीं जिन्हें तीजी बार सीएम बनाते नहीं धर्म दी सियासत कीती केजरीवाल हरा ने नहीं कीती बिल्कुल कीती जी कीती है ठीक है बिल्कुल कीती ठीक है सवाल ये भी है सर कि धर्म दी राजनीति नहीं करनी चाहिए अकाली दल दे प्रवक्ता ये कहंदे ने श्रोमणी अकाली दल वैसी सिखां दी नुमाइंदा जथेबंदी है श्रोमणी गुरुद्वारा प्रबंधक कमेटी चोणां लड़दी है सो साडे ते सवाल करना ही बिल्कुल वाजिब नहीं हैगा साडे दोस्त साडे मानदे पे धर्म दी पॉलिटिक्स करदे असीं धर्म चों निकली हुई पार्टियां ते डेवलपमेंट दी गल करदे देश विच कित्थों तक आ केजरीवाल केजरीवाल बैठे हुए भावे चलो फुल स्टेट नहीं पूरे अधिकार नहीं पर फिर भी यह तीजी बार जो आना यह उन्होंने उन्होंने कामयाबी हैगी और उन्होंने राजनीति नहीं मैं नहीं लगता बाहर नहीं कितने बाहर बहुत औखा है दूजी गल मैं जरूर क्योंकि हर सूबे के एक अलग अलग है कोई मॉडल मूडल रैप्लीकेट नहीं है कोई साइकलोस्टाइल नहीं है सारी जगह वंड देंगे मॉडल दूजी गल जी इंपोर्टेंट है जितों ये चले से स्वराज तो लोक राज संघी ढांचे तो उस सारिया गलों छड़ के हम एक नवा ही मॉडल बना लिया इन्होंने वो पहला मॉडल तो छड़ता हूँ पता नहीं जेडे इन्ह पाँच साल बाद कि मॉडल आऊगा वो उदों देखांगे इस करके मेरा ख्याल है कि जो पहला मॉडल जो जिस करके असी सारे लोग आए थे वो तो कहीं खूह खाते च पै गया असं इसे करके थोड़े जे बाहर ही रहने ठीक है चलो मैं आखिरी सवाल कुलदास सिंह फटाफट तत्व लेना प्रशांत किशोर दीयां नीतियां नूं तुसीं इत्थे निंदे रहे कि पंजाब सरकार ने कैप्टन सरकार ने प्रशांत किशोर तो वड्डे वड्डे वादे करवा के पंजाबियों नाल धोखा किया उत्थे प्रशांत किशोर ने वादे किए हुण तुसीं पंजाब लई प्रशांत किशोर नूं मंग लिया
ਉਹੀ ਪ੍ਰਸ਼ਾਂਤ ਕਿਸ਼ੋਰ ਪਹਿਲਾਂ ਕਾਂਗਰਸ ਲਈ ਸਾਰਾ ਕੁਝ ਕਰਦੇ ਰਹੇ, ਹੁਣ ਇੱਥੇ ਆ ਕੇ ਤੁਹਾਡੇ ਲਈ ਕਰਨਗੇ? ਮੈਂ ਇੱਕ ਗੱਲ ਕਰਦਾ ਤੁਹਾਨੂੰ, ਹਜੇ ਤਾਂ 2 ਸਾਲ ਪਏ ਆ, ਪ੍ਰਸ਼ਾਂਤ ਕਿਸ਼ੋਰ ਆਉਂਦਾ ਨਹੀਂ ਆਉਂਦਾ ਉਹ ਵੱਖਰੀ ਗੱਲ, ਉਸ ਤੋਂ ਪਹਿਲਾਂ ਤੁਹਾਨੂੰ ਯੈਸ ਹੋ ਗਈ ਕਿ ਨਹੀਂ? ਸਾਈਨ ਕਰ ਚੁੱਕਿਆ ਪ੍ਰਸ਼ਾਂਤ ਕਿਸ਼ੋਰ ਦੀ, ਯੈਸ ਹੋ ਗਈ ਤੁਹਾਨੂੰ? ਮੈਂ ਮੇਰੇ ਸਾਹਮਣੇ ਤਾਂ ਕੀਤੇ ਨਹੀਂ ਜੀ, ਇਹਨਾਂ ਸਾਹਮਣੇ ਕੀਤੇ ਹੋਣੇ ਆ, ਪਰ ਅਸਲ ਗੱਲ ਇਹ ਹੈ ਸੂਟ ਕਰਦੇ ਨੇ। ਨਹੀਂ ਚਲੋ, ਨਹੀਂ ਇੱਕ ਵੇ ਯਾਰ, ਇੱਕ ਮਿੰਟ ਪਲੀਜ਼, ਉਹਨਾਂ ਨੂੰ ਬੋਲੋ, ਬੋਲੀ ਚਲੋ ਯਾਰ, ਤੁਸੀਂ ਕਲੀਅਰ ਸੁਣੋ, ਇਹ ਬੋਲ ਇਹ ਦੱਸ, ਇੱਕ ਮਿੰਟ ਪੰਜਾਬ ਚ ਕੇਜਰੀਵਾਲ ਮਾਡਲ ਚੱਲੂਗਾ ਜਾਂ ਪੀਕੇ ਮਾਡਲ ਚੱਲੂਗਾ? ਦੇਖੋ ਮੈਂ ਤੁਹਾਨੂੰ ਕਹਿੰਦਾ, ਪੋਲੀਟੀਕਲ ਪਾਰਟੀ ਨੇ ਇਲੈਕਸ਼ਨ ਲੜਨਾ ਹੁੰਦਾ, ਪੋਲੀਟੀਕਲ ਪਾਰਟੀ ਨੇ ਸਾਰਾ ਕੁਝ, ਉਹ ਬੜਾ ਕੁਛ ਜਿਹੜਾ ਪੈਰਾਫਰਨੇਰੀਆ ਹੁੰਦਾ, ਬੜੇ ਲੋਕਾਂ ਨੂੰ ਇਲੈਕਸ਼ਨ ਦੇ ਵਿੱਚ ਲਿਆਉਣਾ ਪੈਂਦਾ, ਠੀਕ ਹੈ? ਉਹ ਪ੍ਰਚਾਰ ਕਿਸ਼ੋਰ ਸਾਡੀ ਮਦਦ ਕਰਨ ਲਈ ਆ ਸਕਦੇ ਨੇ, ਜਿਹੜੇ ਵੀ ਬੰਦੇ। ਅੱਜ ਪੰਜਾਬ ਦਾ ਹਾਲ ਕੀ ਹੈ? ਅੱਜ ਪੰਜਾਬ ਦਾ ਹਾਲ ਹੈ ਉਹ ਡਾਕਟਰ ਆ ਪੰਜਾਬ ਦਾ, ਨਹੀਂ ਪ੍ਰਸ਼ਾਂਤ ਕਿਸ਼ੋਰ ਨੇ ਪਹਿਲਾਂ ਕਾਂਗਰਸ ਨੂੰ ਕੀ ਐਸਾ ਹਾਲ ਵਧੀਆ ਹੋ ਗਿਆ? ਉਹ ਤੁਸੀਂ ਆ ਜਿਓ, ਮੈਨੂੰ ਗੱਲ ਤਾਂ ਸੁਣ ਲੈਣ ਦਿਓ। ਅੱਜ ਹਾਲਾਤ ਇਹ ਆ ਪੰਜਾਬ ਦੇ ਵਿੱਚ ਵੀ ਬਿਜਲੀ ਦਾ ਬਿੱਲ ਭਰਨਾ ਤੇ ਤੁਹਾਨੂੰ ਕਰਜ਼ਾ ਲੈਣਾ ਪੈਂਦਾ, ਕਈ ਲੋਕ ਕਿਸ਼ਤਾਂ ਦਿੰਦੇ ਤੇ ਉਹ ਦਿੰਦੇ ਕਰਜ਼ਾ ਦਿੰਦੇ ਆ ਬਿਜਲੀ ਦਾ ਬਿੱਲ ਭਰਨਾ ਤੇ, ਬੱਚੇ ਸਾਡੇ ਭਾਵੇਂ ਗਰੀਬ ਦਾ ਬੱਚਾ ਭਾਵੇਂ ਅਮੀਰ ਦਾ ਬੱਚਾ, ਕਿਸ਼ੋਰ ਕੋਲੇ ਹੱਲ ਹੈਗਾ ਜਾਂ ਕੀ? ਮੇਰੀ ਗੱਲ ਤਾਂ ਸੁਣ ਲਓ, ਹੁਣ ਮੈਨੂੰ ਦੱਸ ਦਿਓ ਸਰ ਹੱਲ ਹੈਗਾ। ਮੈਂ ਤੁਹਾਨੂੰ ਇਹ ਕਹਿੰਦਾ, ਉਹਦੇ ਵਾਸਤੇ ਇੱਕੋ ਇੱਕ ਹੱਲ ਆ ਵੀ ਸਰਕਾਰ ਇੱਥੇ ਇਮਾਨਦਾਰ ਬਣੇ। ਇਮਾਨਦਾਰ ਸਰਕਾਰ ਬਣਾਉਣ ਵਾਸਤੇ ਅਸੀਂ ਕਿਸੇ ਦੀ ਵੀ ਮਦਦ ਲੈ ਸਕਦੇ ਹਾਂ, ਅਸੀਂ ਉਹਨੂੰ ਮਿਹਨਤ ਕਰ ਸਕਦੇ, ਵੀ ਭਾਵੇਂ ਸਾਨੂੰ ਦੱਸ, ਚਲੋ ਕੰਮ ਅਸੀਂ ਕਰਨੇ, ਵਾਅਦੇ ਅਸੀਂ ਕਰਨੇ, ਅਸੀਂ ਪੂਰੇ ਕਰਨੇ ਆ 500 ਕਰੋੜ ਰੁਪਏ ਦੇ ਕੇ ਇਮਾਨਦਾਰ। ਜੇ ਸੁਖਬੀਰ ਬਾਦਲ ਸਾਨੂੰ ਫਾਰਮੂਲਾ ਦੱਸ ਦੇਵੇ ਵੀ 2 ਬੱਸਾਂ ਤੋਂ 1000 ਬੱਸ ਕਿਵੇਂ ਬਣਦੀ ਹੈ, ਫਿਰ ਸਾਰਾ ਕੁਝ ਠੀਕ ਹੈ। 500 ਕਰੋੜ ਦਾ ਤੁਸੀਂ ਐਡਵਰਟਾਈਜ਼ਿੰਗ ਲਈ ਸੰਦਵਾ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਕਲੇਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਅਰਜੀਵ ਗਦਾਰਾ ਤੁਹਾਡਾ ਬਹੁਤ ਧੰਨਵਾਦ। ਕਲੇਰ ਸਾਹਿਬ, ਕਲੇਰ ਸਾਹਿਬ, ਰਸਮ ਅਜੀਤ ਸਿੰਘ ਤੁਹਾਡਾ ਬਹੁਤ ਧੰਨਵਾਦ। ਅਸੀਂ ਸਵਾਲ ਕੀਤਾ ਸੀ ਦੇਸ਼ ਵਿੱਚ ਕਿੱਥੋਂ ਤੱਕ ਕਰੀਵਾਲ, ਬਹੁਤ ਧੰਨਵਾਦ। ਦੇਸ਼ ਵਿੱਚ ਕਿੱਥੋਂ ਤੱਕ ਕੇਜਰੀਵਾਲ, ਅਸੀਂ ਸਵਾਲ ਕੀਤਾ ਸੀ ਦਿੱਲੀ ਦਾ ਕੇਜਰੀਵਾਲ ਮਾਡਲ ਦੇਸ਼ ਦੀ ਸਿਆਸਤ ਲਈ ਕਿੰਨਾ ਫਿੱਟ ਹੈਗਾ, ਮਾਡਲ ਦੀ ਸਿਆਸਤ ਦੇਸ਼ ਦੇ ਵਿੱਚ ਕਿੰਨੀ ਚੱਲਦੀ ਹੈ ਤੁਸੀਂ ਦੇਖ ਚੁੱਕੇ ਹੋ, ਪਰ ਸਵਾਲ ਇਹ ਹੈਗਾ ਕਿ ਇਮਾਨਦਾਰ ਸਰਕਾਰ ਹੋਣੀ ਚਾਹੀਦੀ ਹੈ। ਅਖੀਰ ਦੇ ਵਿੱਚ ਚਰਚਾ ਵਿੱਚ ਆਇਆ ਇਮਾਨਦਾਰ ਸਰਕਾਰ ਕਿਵੇਂ ਹੋ ਸਕਦੀ ਹੈ, ਸਵਾਲ ਇਹ ਵੀ ਹੈਗਾ। ਇਕਨੋਮਿਕ ਮਾਡਲ, ਭੂਗੋਲਿਕ ਮਾਡਲ ਸਾਰਾ ਕੁਝ ਦੇਖਣਾ ਪੈਂਦਾ, ਅਤੇ ਜਿਹੜਾ ਸੱਭਿਆਚਾਰਕ ਮਾਡਲ ਉਹ ਵੀ ਦੇਖਣਾ ਪੈਂਦਾ। ਇਹ ਵੀ ਦੇਖਣਾ ਪੈਂਦਾ ਕਿ ਇੰਟਰਨੈੱਟ 'ਤੇ ਕਿੰਨੇ ਲੋਕ ਹੈ, ਦਿੱਲੀ ਦੇ ਵਿੱਚ ਇੰਟਰਨੈੱਟ 'ਤੇ ਬਹੁਤ ਲੋਕ ਹੈ ਕਿ ਇੰਟਰਨੈੱਟ ਦੇ ਵਿੱਚ ਲੋਕ ਬਹੁਤ ਹੈਗੇ ਆ, ਉੱਥੇ ਮਲਟੀਨੈਸ਼ਨਲ ਕੰਪਨੀਜ਼ ਬਣੀਆਂ ਹੈਗੀਆਂ, ਜਿਹੜੀ ਜੋਬ ਹੈ ਉੱਥੇ ਉਸ ਤਰੀਕੇ ਨਾਲ ਮਿਲ ਜਾਂਦੀ ਹੈਗੀ ਆ। ਸਰਕਾਰੀ ਨੌਕਰੀਆਂ ਦਾ ਤਾਂ ਉਹੀ ਹਾਲ ਆ, ਤੁਸੀਂ ਡਾਟਾ ਦੇਖ ਚੁੱਕੇ ਹੋ, ਪਰ ਸਵਾਲ ਇਹ ਹੈਗਾ ਪੰਜਾਬ ਦੇ ਹਾਲਾਤ ਹੋਰ ਹੈ, ਬਾਕੀ ਸੂਬਿਆਂ ਦੇ ਹਾਲਾਤ ਹੋਰ ਹੈ, ਉੱਥੋਂ ਦੇ ਮਾਡਲ ਹੈ, ਉੱਥੋਂ ਦੇ ਭੂਗੋਲ ਦੇ ਹਿਸਾਬ ਦੇ ਨਾਲ, ਉੱਥੋਂ ਦੇ ਸੱਭਿਆਚਾਰ ਦੇ ਹਿਸਾਬ ਦੇ ਨਾਲ ਤੈਅ ਹੁੰਦੇ ਆ। ਜਿਹੜਾ ਦੇਸ਼ ਵਿੱਚ ਕਿੱਥੋਂ ਤੱਕ ਕੇਜਰੀਵਾਲ ਇਹ ਸਵਾਲ ਰੱਖਿਆ ਸੀਗਾ, ਉਸ ਸਵਾਲ ਦੇ ਵਿਚਾਲੇ ਇਹ ਸਵਾਲ ਹੈਗਾ ਜੇ ਕੇਜਰੀਵਾਲ ਮਾਡਲ ਦਾ ਜ਼ਿਕਰ ਹੋ ਰਿਹਾ ਤਾਂ ਜਿਹੜਾ ਮਾਡਲ ਰਾਸ਼ਟਰਵਾਦ ਦਾ ਜਾਂ ਰਾਸ਼ਟਰ ਨਿਰਮਾਣ ਦਾ ਮਾਡਲ ਹੈਗਾ ਜਾਂ ਦੇਸ਼ ਭਗਤੀ ਦਾ ਮਾਡਲ ਹੈਗਾ, ਮੈਨੂੰ ਲੱਗਦਾ ਨਹੀਂ ਕਿ ਪੂਰਾ ਦੇਸ਼ ਉਸ ਮਾਡਲ ਨੂੰ ਸਵੀਕਾਰ ਕਰਦਾ ਹੈ। ਇਸ ਲਈ ਲਗਾਤਾਰ 7 ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਾ ਚੁੱਕੀ ਹੈ, ਕਿਉਂਕਿ ਉਸ ਦਾ ਮਾਡਲ ਦੇਸ਼ ਨਕਾਰਦਾ ਪਿਆ। ਅਤੇ ਜਦੋਂ ਕੇਜਰੀਵਾਲ ਦਾ ਇਹ ਮਾਡਲ ਅੱਗੇ ਰੱਖਿਆ ਜਾਊਗਾ, ਜੇ ਵਿਕਾਸ ਦਾ ਮਾਡਲ ਨਾ ਰੱਖਿਆ ਗਿਆ, ਜੇ ਇਹ ਮਾਡਲ ਅੱਗੇ ਰੱਖ ਕੇ ਚੱਲਿਆ ਜਾਊਗਾ, ਤਾਂ ਸ਼ਾਇਦ ਇਹ ਮਾਡਲ ਵੀ ਨਕਾਰਿਆ ਜਾਏਗਾ। ਬਹੁਤ ਧੰਨਵਾਦ।